तू अमरदास सुख कंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह बिघन विनाशन सोए एकंकारा सतगुरु तेह प्रसाद सच होए वाहे गुरु जी की फतेह बिघन विनाशन सोए तन तन सतगुरु गरीब नवाज सच्चे पातशाह दासां गरीबां उत्ते कृपा करन वाले दया करन वाले रहमतां करन वाले बख्शिशां करन वाले हाजरा हजूर जहरा जहूर सर्ब कला भरपूर लोक परलोक विच दासां गरीबां सिखां सेवकां दे उत्ते सदा ही दया करन वाले सदा ही मेहरां करन वाले हाजरा हजूर सच्चे पातशाह जहरा जहूर सच्चे पातशाह धन धन अंतर जामी सतगुरु गरीब नवाज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्यार नाल सावधान हो के बैठ के ऐ मनोबिरतियां नू एकागर करके दोवें हथ जोड़ के सारिया संगतां दास जी ते अपनी हाजरी सतगुरु जी दे चरणा विच लवाओ जी ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਭਾਈ ਸਾਹਿਬ ਜੀ ਆਪ ਜੀ ਨੂੰ ਮੁੱਖ ਵਾਕ ਸ਼ਬਦ ਦਾ ਕੀਰਤਨ ਸਰਵਣ ਕਰਾ ਰਹੇ ਸਨ ਹਰ ਜੇਠ ਜੋੜਨ ਦਾ ਲੋਹੜੀ ਹੈ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਤੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸਾਧ ਸੰਗਤ ਜੀ ਇਹ ਸਾਰਾ ਸ਼ਬਦ ਆਪ ਜੀ ਪ੍ਰੇਮ ਨਾਲ ਸਰਵਣ ਕਰ ਰਹੇ ਸੀ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਹਜ਼ੂਰ ਗਰੀਬ ਨਵਾਜ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਮੁੱਖ ਵਾਕ ਸ਼ਬਦ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਆਓ ਬੜੇ ਪਿਆਰ ਨਾਲ ਸਾਵਧਾਨ ਹੋਵੋ ਚੌਂਕੜੇ ਮਾਰੋ ਮਹਾਰਾਜ ਗਰੀਬ ਨਵਾਜ ਜੀ ਦੇ ਹਜ਼ੂਰ ਹੱਥ ਜੋੜ ਕੇ ਬੜੇ ਭਾਵਨਾ ਦੇ ਨਾਲ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਸ਼ਬਦ ਦੀ ਵਿਚਾਰ ਵੀ ਆਪਾਂ ਕਰਾਂਗੇ ਕੁਝ ਸਮਾਂ ਲੜੀਵਾਰ ਜਿਹੜਾ ਇਤਿਹਾਸ ਚੱਲ ਰਿਹਾ ਆਪਾਂ ਉਹ ਸਰਵਣ ਕਰਨਾ ਹੈ ਆਓ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪ ਸਭ ਸਿੱਖ ਸੰਗਤਾਂ ਹਰ ਰੋਜ਼ ਹੀ ਸਰਵਣ ਕਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਆਪ ਬਹੁਤ ਵੱਡੇ ਸੂਰਮੇ ਹਨ ਗੁਰੂ ਸਾਹਿਬ ਜੀ ਦਾ ਕੋਈ ਵੀ ਕਿਸੇ ਪੱਧਰ ਦਾ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਜੀ ਪਰ ਫਿਰ ਵੀ ਪਹਾੜੀ ਰਾਜੇ ਫੌਜਾਂ ਇਕੱਠੀਆਂ ਕਰਕੇ 10 ਲੱਖ ਦੀ ਗਿਣਤੀ ਵਿੱਚ ਫੌਜਾਂ ਅਨੰਦਪੁਰ ਸਾਹਿਬ ਉੱਤੇ ਚੜ੍ਹਾ ਕੇ ਲੈ ਕੇ ਆਏ ਜੀ ਵਾਹਿਗੁਰੂ 3 ਲੱਖ ਦੀਆਂ ਫੌਜਾਂ ਮਹਾਰਾਜ ਸਾਹਿਬ ਜੀ ਦੇ ਉੱਤੇ ਅਨੰਦਪੁਰ ਸਾਹਿਬ ਚੜ੍ਹਾ ਕੇ ਲੈ ਕੇ ਆਏ ਜੀ
ਆਉਣ ਵਾਲੇ ਸਮੇਂ 'ਚ 10 ਲੱਖ ਵੀ ਸੀਗੇ ਚਮਕੌਰ ਦੀ ਗੜੀ ਵਿੱਚ। ਹੁਣ ਜਿਹੜੀ ਕਥਾ ਚੱਲ ਰਹੀ ਹੈ ਇਹਦੇ ਵਿੱਚ 3 ਲੱਖ ਫੌਜਾਂ ਦਾ ਜ਼ਿਕਰ ਆਇਆ ਜੀ। ਗੁਰੂ ਸਾਹਿਬ ਕੋ ਸਿੰਘ ਬੜੇ ਥੋੜ੍ਹੇ ਹਨ, ਸਵਾਏ ਹਨ, ਫਿਰ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਸਿੰਘ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਆਪਣੀ ਜਾਨ ਵੀ ਕੁਰਬਾਨ ਕਰਦੇ ਨੇ ਅਤੇ ਜੰਗ ਵਿੱਚ ਜੌਹਰ ਵਿਖਾ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਪਹਿਲੇ ਦਿਨ ਦੀ ਜੰਗ ਦੀ ਕਥਾ ਤੁਸਾਂ ਸੰਗਤਾਂ ਨੇ ਪਿਆਰ ਨਾਲ ਸੁਣੀ ਸੀਗੀ। ਰਾਤ ਨੂੰ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਨਾਲ ਮਿਲ ਕੇ ਸਲਾਹ ਕੀਤੀ ਵੀ ਸਾਡੇ ਕੋਲ ਇਸ ਤਰੀਕੇ ਨਾਲ ਲੜਿਆ ਨਹੀਂ ਜਾਣਾ, ਜੇ ਅਸੀਂ ਹੁਣ ਇਸ ਤਰ੍ਹਾਂ ਲੜਦੇ ਹਾਂ ਤਾਂ ਇੱਕ ਸਮਾਂ ਆਏਗਾ ਜਿੰਨੇ ਵੀ ਰਾਜੇ ਹਾਂ ਸਾਡੇ ਸਾਰਿਆਂ ਦੀਆਂ ਫੌਜਾਂ ਖਾਲਸੇ ਨੇ ਮਾਰ ਦੇਣੀਆਂ ਅਤੇ ਅਸੀਂ ਬਿਨਾਂ ਫੌਜਾਂ ਤੋਂ ਰਾਜੇ ਜੱਚਦੇ ਨਹੀਂ ਹੈ। ਫਿਰ ਵਿਚਾਰ ਕੀਤੀ ਗਈ, ਮੋਰਚਿਆਂ ਦੇ ਵਿੱਚ ਰਹਿ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਗੋਲੀਆਂ ਮਾਰ ਕੇ ਸਿੰਘਾਂ ਨੂੰ ਸ਼ਹੀਦ ਕਰਨਾ ਹੈ ਜੀ। ਜਿਹੜੇ ਮੋਰਚੇ ਸਨ ਉਹ ਤਾਂ ਛੇਤੀ ਫੇਲ ਹੋ ਗਏ, ਤੁਸਾਂ ਕਥਾ ਸੁਣੀ ਸੀਗੀ। ਭਾਈ ਸੰਤੋਖ ਸਿੰਘ ਜੀ ਜੋ ਦੱਸ ਰਹੇ ਨੇ ਉਹ ਆਪ ਜੀ ਨੇ ਸੰਗਤ ਦੀ ਸਰਵਣ ਕੀਤਾ, ਫਿਰ ਸਿੱਧਾ ਡਾਇਰੈਕਟ ਮੈਦਾਨ ਵਿੱਚ ਫਿਰ ਫੌਜਾਂ ਆਈਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਜੀ ਨੂੰ ਕਹਿ ਕੇ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਹਿਬਜ਼ਾਦਾ ਜੀ ਅੱਜ ਜੰਗ ਵਿੱਚ ਫਤਿਹ ਕਰਕੇ ਆਉਣੀ ਹੈ। ਕਹਿਣ ਲੱਗੇ ਫੌਜਾਂ ਨੂੰ ਭਜਾ ਕੇ ਆਉਣਾ। ਇਹ ਸਾਰਾ ਪ੍ਰਸੰਗ ਆਪ ਜੀ ਨੇ ਸੁਣਿਆ। ਬਾਬਾ ਅਜੀਤ ਸਿੰਘ ਸਾਹਿਬ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਘੋੜੇ 'ਤੇ ਚੜ੍ਹੇ, ਆਪਣੇ ਦਾਦਾ ਸਤਿਗੁਰੂ ਜੀ ਦੇ ਅਸਥਾਨ 'ਤੇ ਨਮਸਕਾਰ ਕੀਤੇ ਗੁਰਦੁਆਰਾ ਸੀਸਗੰਜ ਸਾਹਿਬ। ਬੜੀ ਸਾਵਧਾਨੀ ਦੇ ਨਾਲ ਆ ਕੇ ਜੰਗ ਵਾਲੀ ਥਾਂ ਉੱਤੇ ਹਾਜ਼ਰ ਹੋ ਗਏ। ਗੁਰੂ ਕੇ ਸਿੰਘ ਆ ਕੇ ਹਾਜ਼ਰ ਹੋ ਗਏ। ਤੁਸੀਂ ਸਿੰਘਾਂ ਦਾ ਨਾਮ ਵੀ ਸੁਣ ਰਹੇ ਸੀਗੇ ਪਿਛਲੇ ਦਿਨਾਂ ਵਿੱਚ ਪ੍ਰਸੰਗ ਵਿੱਚ ਸਿੰਘਾਂ ਦੇ ਨਾਮ ਆਏ, ਉਹ ਸਾਰਾ ਆਪ ਜੀ ਨੇ ਸਰਵਣ ਕੀਤਾ। ਇਕੱਲਾ ਇਕੱਲਾ ਜਿਹੜਾ ਸਿੰਘ ਹੈ ਨਾ ਖਾਲਸਾ ਜੀ, ਇਕੱਲੇ ਇਕੱਲੇ ਵਿੱਚ ਇੰਨੀ ਸਪਿਰਿਟ ਸੀ ਵੀ ਜੇ ਕਲਗੀਧਰ ਸਾਨੂੰ ਆਖਣ ਅਸੀਂ ਕਲਗੀਧਰ ਜੀ ਤੋਂ ਆਪਣੀ ਜਾਨ ਵੀ ਵਾਰ ਸਕਦੇ ਹਾਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਔਖਾ ਕੰਮ ਹੈਗਾ ਸਾਧ ਸੰਗਤ ਜੀ, ਕਿੱਥੋਂ ਜਾਨ ਵਾਰੀ ਜਾਂਦੀ ਹੈ, ਕਿੱਥੋਂ ਸਰੀਰ ਦਿੱਤਾ ਜਾਂਦਾ ਹੈ, ਕਿੱਥੋਂ ਕੁਰਬਾਨੀ ਦਿੱਤੀ ਜਾਂਦੀ ਹੈ। ਇੱਥੇ ਸਤਿਗੁਰੂ ਜੀ ਦਾ ਇੱਕ ਬਚਨ ਵੀ ਮੰਨਣਾ ਹੋਵੇ ਨਾ ਤਾਂ ਬੰਦੇ ਵਾਸਤੇ ਬੜਾ ਔਖਾ ਕੰਮ ਹੋਇਆ ਹੁੰਦਾ ਜੀ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਸਿੰਘ ਧੰਨ ਹਨ ਜਿਹੜੇ ਜਾਨਾਂ ਵਾਰ ਕੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਹਾਸਲ ਕਰ ਰਹੇ ਨੇ ਅਤੇ ਖੁੱਲ੍ਹੇ ਦਰਵਾਜ਼ੇ ਸੱਚਖੰਡ ਜਾ ਰਹੇ ਨੇ। ਹੁਣ ਜੰਗ ਦੇ ਮੈਦਾਨ ਵਿੱਚ ਜੰਗ ਹੋ ਰਹੀ ਹੈ, ਜੰਗ ਦੀ ਕਥਾ ਆਪਾਂ ਸਾਧ ਸੰਗਤ ਸਰਵਣ ਕਰਨੀ ਹੈ। ਮਹਾਰਾਜ ਕਿਰਪਾ ਕਰਨ, ਸੁਰਤੀਆਂ ਨੂੰ ਇਕਾਗਰਤਾ ਬਖਸ਼ਣ। ਜਿਵੇਂ ਦਾਸ ਨੇ ਪਿਛਲੇ ਦਿਨਾਂ ਵਿੱਚ ਅਰਜ ਕੀਤੀ ਸੀਗੀ, ਇਹ ਜਿਹੜੀ ਕਥਾ ਹੈ ਨਾ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਆ ਕਰੋ, ਕਿਉਂ ਜਦੋਂ ਉਹ ਜੰਗ ਦੀ ਕਥਾ ਸੁਣਨਗੇ ਤਾਂ ਜਿਹੜੇ ਹੋਰ ਹੀਰੋ ਨੇ ਨਾ ਫਿਲਮਾਂ ਵਾਲੇ ਉਹ ਫਿਰ ਚੇਤਾ ਭੁੱਲ ਜਾਣੇ ਸਾਡੇ ਬੱਚਿਆਂ ਨੂੰ। ਉਹਨਾਂ ਨੂੰ ਪਤਾ ਲੱਗਣਾ ਵੀ ਅਸਲ ਜਿਹੜੇ ਨਾਇਕ ਨੇ ਉਹ ਤਾਂ ਸਿੰਘ ਨੇ, ਹੀਰੋ ਕੀ ਕਰਦੇ ਆ, ਝੂਠ ਦੀ ਲੜਾਈ ਲੜਦੇ ਆ, ਹੁੰਦਾ ਸਾਰਾ ਹੀ ਵਿਖਾਵਾ ਹੈ। ਪਰ ਸਾਡੇ ਨੌਜਵਾਨਾਂ 'ਤੇ ਬੱਚਿਆਂ 'ਤੇ ਉਹਨਾਂ ਦਾ ਕਿਵੇਂ ਪ੍ਰਭਾਵ ਪੈ ਜਾਂਦਾ ਹੈ। ਅਸਲ ਜਿਹੜੇ ਨਾਇਕ ਨੇ ਉਹ ਸਿੰਘ ਨੇ ਔਰ ਕੋਈ ਵਿਖਾਵੇ ਦੀ ਲੜਾਈ ਨਹੀਂ ਲੜ ਰਹੇ। ਵਾਕਈ ਜਾਨ ਤਲੀ 'ਤੇ ਰੱਖੀ ਹੈ। ਕਿਉਂ ਰੱਖੀ ਹੈ? ਵੀ ਸਾਨੂੰ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਹੋ ਜਾਏ। ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋ ਜਾਏ। ਗੁਰੂ ਕੇ ਸਿੰਘ ਇੰਨਾ ਪਿਆਰ ਸੀਗਾ ਉਹਨਾਂ ਦਾ ਸਤਿਗੁਰਾਂ ਦੇ ਪ੍ਰਥਾਏ, ਸਤਿਗੁਰੂ ਜੀ ਦੀ ਇੱਕ ਖੁਸ਼ੀ ਤੋਂ ਖਾਲਸਾ ਜੀ ਉਹ ਜਾਨ ਵਾਰਨ ਵਾਸਤੇ ਤਿਆਰ ਹੋ ਜਾਂਦੇ ਸੀਗੇ। ਇੱਥੋਂ ਹੀ ਆਪਾਂ ਅੰਦਾਜ਼ਾ ਲਾ ਲਈਏ, ਜਿਹੜਾ ਆਪਣਾ ਪਿਆਰ ਹੈ ਅਤੇ ਸਤਿਗੁਰੂ ਜੀ ਦਾ ਪਿਆਰ ਹੈ ਉਹਦੇ ਵਿੱਚ ਕਿੰਨਾ ਫਰਕ ਹੈ ਜੀ, ਕਿੰਨਾ ਫਰਕ ਹੈ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਜੇ ਥੋੜ੍ਹੀ ਜਿਹੀ ਵੀ ਤੁਸੀਂ ਧਿਆਨ ਬਾਹਰ ਲੈ ਗਏ
ਅਤੇ ਜੰਗ ਦੇ ਮਾਹੌਲ ਦਾ ਫਿਰ ਪਤਾ ਨਹੀਂ ਲੱਗਣਾ ਵੀ ਕਿਹੜੀ ਗੋਲੀ ਕਿੱਧਰੋਂ ਆ ਗਈ ਅਤੇ ਕਿੱਧਰ ਜਾ ਲੱਗੀ। ਇਸ ਕਰਕੇ ਬੜੇ ਧਿਆਨ ਦੇ ਨਾਲ ਸੁਰਤੀਆਂ ਐਂ ਇਕਾਗਰ ਕਰ ਲਓ, ਮਹਾਰਾਜ ਦੇ ਪਿਆਰ ਵਿੱਚ ਜੁੜ ਜਾਓ। ਅਨੰਦਪੁਰ ਸਾਹਿਬ ਦੇ ਬਾਹਰ ਵਾਲੇ ਪਾਸੇ ਵੱਡਾ ਮੈਦਾਨ ਹੈ, ਪਹਾੜੀ ਰਾਜੇ 10 ਲੱਖ ਵਾਹਿਗੁਰੂ 3 ਲੱਖ ਦੀ ਫੌਜ ਖੜੀ ਕਰੀ ਬੈਠੇ ਨੇ। ਖਾਲਸਾ ਹੁਣ ਜੰਗ ਕਰ ਰਿਹਾ, ਉਹ ਆਪਾਂ ਪ੍ਰਸੰਗ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਬਾਬਾ ਅਜੀਤ ਸਿੰਘ ਸਾਹਿਬ ਜਿਨ੍ਹਾਂ ਦੇ ਦਾੜਾ ਅਜੇ ਉਤਰਿਆ ਹੀ ਹੈ, ਮੁਸ਼ਾਇਰਾ ਅਜੇ ਫੁੱਟਿਆ ਹੀ ਹੈ, ਅਤੇ ਸਾਧ ਸੰਗਤ ਉਮਰ ਵੀ ਛੋਟੀ ਹੈ ਅਜੇ, ਪਰ ਜਦੋਂ ਜੰਗ ਕਰਦੇ ਨੇ ਅਤੇ ਕਮਾਲਾਂ ਕਰ ਦਿੰਦੇ ਨੇ, ਪਤਾ ਲੱਗ ਜਾਂਦਾ ਇਹ ਕੋਈ ਹੋਰ ਨਹੀਂ, ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਲਾਲ ਹੀ ਐਸਾ ਕਰ ਸਕਦਾ ਹੈ ਜੀ। ਸੋ ਆਓ ਬੜੇ ਪਿਆਰ ਨਾਲ ਹੁਣ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜੀਤ ਸਿੰਘ ਜੀਤ ਚਾਹਾ ਤੀਰ ਕੋ ਪ੍ਰਹਾਰ ਤੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਘੋੜੇ ਤੇ ਸਵਾਰ ਨੇ, ਸਾਹਮਣੇ ਠਾਠਾਂ ਮਾਰਦਾ ਇਕੱਠ ਹੈ। ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਕੋਈ ਬਹੁਤੀ ਵੱਡੀ ਵੀ ਉਮਰ ਨਹੀਂ ਹੈ, ਅਜੇ ਉਮਰ ਵੀ ਛੁਟੇਰੀ ਹੈ, ਪਰ ਜਿੱਤ ਚਾਹੁੰਦੇ ਨੇ। ਕਿਉਂ? ਅੱਜ ਸਤਿਗੁਰੂ ਜੀ ਨੇ ਥਾਪੜਾ ਦੇ ਕੇ ਤੋਰਿਆ, ਜਿੱਤ ਕੇ ਘਰ ਵਾਪਸ ਆਉਣਾ ਹੈ। ਬਸ ਜਦੋਂ ਥਾਪੜਾ ਹੀ ਦੇਤਾ ਨਾ, ਸਮਝੋ ਜਿੱਤ ਵੀ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਤੀ ਸੀਗੀ। ਮਹਾਂਪੁਰਖਾਂ ਦੇ ਥਾਪੜੇ ਵਿੱਚ ਹੀ ਬੜਾ ਕੁਝ ਹੁੰਦਾ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪੜਾ ਦੇ ਕੇ ਤੋਰਿਆ, ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜਿੱਤ ਚਾਹੁੰਦੇ ਨੇ। ਜਿੱਤ ਚਾਹੁਣ ਦੇ ਕਰਕੇ ਸਾਧ ਸੰਗਤ ਜੀ ਬੜੀ ਤੇਜ਼ੀ ਦੇ ਨਾਲ ਤੀਰ ਚਲਾਉਂਦੇ ਨੇ। ਇੱਕ ਤੀਰ ਚਲਾ ਤਾ, ਫਿਰ ਵੇਖਦੇ ਨਹੀਂ ਵੀ ਕਿੱਥੇ ਜਾ ਵੱਜੇਗਾ, ਉਸੇ ਵੇਲੇ ਦੂਜਾ ਤੀਰ ਚਲਾ ਦਿੰਦੇ ਆ, ਉਸੇ ਵੇਲੇ ਪੱਥੇ ਵਿੱਚੋਂ ਤੀਜਾ ਤੀਰ ਕੱਢਦੇ ਆ, ਫਿਰ ਤੀਜਾ ਤੀਰ ਚਲਾਉਂਦੇ ਹਨ। ਤੁਫੰਗ ਏਕ ਸੰਗ ਸਿੰਘ ਸੂਰਮੇ ਸੰਘਾਰ ਤੇ। ਉਧਰ ਸੂਰਮੇ ਸਿੰਘ ਉਹ ਪਹਾੜੀਆਂ ਦੀਆਂ ਫੌਜਾਂ ਨੂੰ ਗੋਲੀਆਂ ਮਾਰ ਰਹੇ ਨੇ, ਪਰ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਖਾਲਸਾ ਜੀ ਬੰਦੂਕ ਦੀ ਗੋਲੀ ਜਿਹੜੀ ਹੈ ਉਹ ਤਾਂ ਇੱਕ ਟਾਈਮ 'ਤੇ ਇੱਕ ਹੀ ਬੰਦੇ ਨੂੰ ਮਾਰਦੀ ਹੈ, ਜਿਹੜਾ ਤੀਰ ਹੈ ਨਾ ਇਹ 4-5 ਜਣਿਆਂ ਦੇ ਅੰਦਰੋਂ ਨਿਕਲ ਜਾਂਦਾ ਸੀਗਾ ਜੀ। ਇੰਨੀ ਫੁਰਤੀ ਨਾਲ, ਇੰਨੇ ਜ਼ੋਰ ਨਾਲ ਬਾਬਾ ਅਜੀਤ ਸਿੰਘ ਸਾਹਿਬ ਤੀਰ ਚਲਾਉਂਦੇ ਸਨ। ਮਰੀ ਪਹਾੜ ਬਾਹਰੀ ਵਿਸਾਲ ਸਮੂਹਾਏ ਕਹਿ ਲੱਗੇ। ਇੰਨੀ ਅੱਜ ਫੁਰਤੀ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਤੀਰ ਚਲਾ ਰਹੇ ਨੇ, ਪਹਾੜੀਆਂ ਦੀ ਵੱਡੀ ਫੌਜ ਜਿਹੜੀ ਹੈ ਉਹ ਬਾਬਾ ਜੀ ਦੇ ਤੀਰਾਂ ਨੇ ਹੀ ਮਾਰ ਦਿੱਤੇ। ਸੋ ਇੱਕ ਵਾਰ ਗੋਲੀਆਂ ਅਨੇਕ ਹੀ ਚਲਾਏ ਕੈ। ਇੱਕੋ ਵਾਰ ਹੀ ਅਨੇਕਾਂ ਗੋਲੀਆਂ ਚਲਾ ਦਿੱਤੀਆਂ। ਮਹਾਰਾਜ ਦਾ ਵਚਨ ਸੀਗਾ ਭੀਮ ਚੰਦ ਨੂੰ, ਜੇ ਤੂੰ ਆਏਗਾ ਨਾ ਕਰ ਲੈਣ ਵਾਸਤੇ, ਗੁਰੂ ਘਰ ਦੀ ਮਾਇਆ ਲੈਣ ਵਾਸਤੇ ਆਏਗਾ ਤੇ ਗੋਲੀਆਂ ਦਾ ਮੀਂਹ ਪਾਵਾਂਗੇ ਤੇਰੇ 'ਤੇ। ਉਹ ਮਹਾਰਾਜ ਦਾ ਵਚਨ ਸੱਚਾ ਹੋ ਰਿਹਾ। ਹਾਂਜੀ। ਚੱਲੀ ਸੋ ਬੇਗ ਸ਼ੂਕਤੀ ਲੱਗੀ ਤੁਰੰਗ ਆਏ ਕੈ। ਸਾਧ ਸੰਗਤ ਬਾਬਾ ਅਜੀਤ ਸਿੰਘ ਸਾਹਿਬ ਬੜੀ ਫੁਰਤੀ ਦੇ ਨਾਲ ਜੰਗ ਵਿੱਚ ਤੀਰ ਚਲਾ ਰਹੇ ਨੇ, ਪਹਾੜੀਆਂ ਦੇ ਇੱਕ ਸੂਰਮੇ ਨੇ ਬੜੀ ਤੇਜ਼ੀ ਦੇ ਨਾਲ ਅਚਾਨਕ ਹੀ ਬਾਬਾ ਅਜੀਤ ਸਿੰਘ ਸਾਹਿਬ ਜੀ ਵੱਲ ਗੋਲੀ ਚਲਾਈ। ਗਿਰਿਓ ਸੋ ਜੰਗ ਖੇਤ ਮੈਂ ਸੋ ਦੋਏ ਘਾਵ ਖਾਏ ਕੈ। ਸਾਧ ਸੰਗਤ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਿਹੜਾ ਤੁਰੰਗ ਸੀਗਾ, ਤੁਰੰਗ ਕਹਿੰਦੇ ਘੋੜੇ ਨੂੰ, ਬਾਬਾ ਜੀ ਦੇ ਘੋੜੇ ਨੂੰ ਗੋਲੀ ਵੱਜ ਗਈ ਜੀ। ਜਦੋਂ ਘੋੜੇ ਨੂੰ ਗੋਲੀ ਵੱਜੀ, ਘੋੜਾ ਇੱਕਦਮ ਸਾਧ ਸੰਗਤ ਜੀ ਡਿੱਗ ਗਿਆ, ਪਰ ਬਾਬਾ ਅਜੀਤ ਸਿੰਘ ਸਾਹਿਬ ਉਸੇ ਵੇਲੇ ਸੰਭਲ ਗਏ ਜੀ। ਕਿਉਂਕਿ ਜੰਗ ਵਿੱਚ ਇਹ ਨਹੀਂ, ਜਿਹੜਾ ਫੁਰਤੀਲਾ ਹੀ ਨਹੀਂ ਹੈ ਉਹ ਤਾਂ ਕਦੀ ਜੰਗ ਹੀ ਨਹੀਂ ਕਰ ਸਕਦਾ। ਜਿਹਦੇ ਅੰਦਰ ਫੁਰਤੀ ਨਹੀਂ ਹੈ ਨਾ ਉਹ ਕਦੀ ਜੰਗ ਯੁੱਧ ਵਿੱਚ ਨਹੀਂ ਜਾ ਸਕਦਾ। ਬਾਬਾ ਅਜੀਤ ਸਿੰਘ ਸਾਹਿਬ ਫੁਰਤੀ ਦੇ ਨਾਲ ਆਪਣੇ ਆਪ ਨੂੰ ਘੋੜੇ ਤੋਂ ਵੱਖ ਕੀਤਾ। ਅਜੀਤ ਸਿੰਘ ਸ਼ੋਰ ਅੰਗ ਆਪਣੇ ਬਚਾਏ ਕੈ। ਔਰ ਆਪਣੇ ਅੰਗ ਵੀ ਬਚਾ ਲਏ। ਜੰਗ ਵਿੱਚ ਜਿੱਥੇ ਦੂਜੇ ਉੱਤੇ ਵਾਰ ਕਰਨਾ ਹੁੰਦਾ ਹੈ ਨਾ, ਉੱਥੇ ਆਪਣੇ ਅੰਗਾਂ ਨੂੰ ਵੀ ਬਚਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ। ਬਾਬਾ ਅਜੀਤ ਸਿੰਘ ਸਾਹਿਬ ਨੇ
ਛੇਤੀ ਨਾਲ ਆਪਣੇ ਅੰਗ ਸਾਰੇ ਬਚਾ ਲਏ। ਖਰੋ ਚਰਨ ਭਾਰ ਫੇਰ ਬਾਨ ਕੋ ਚਲਾਏ ਕੈ, ਫੇਰ ਆਪਣੇ ਚਰਨਾਂ ਦੇ ਭਾਰਾਂ ਉੱਤੇ ਖਲੋ ਗਏ। ਗੱਜ ਕੇ ਆਖੋ ਵਾਹਿਗੁਰੂ, ਚਰਨਾਂ ਦੇ ਭਾਰ ਉੱਤੇ ਖਲੋ ਗਏ ਵਾਹਿਗੁਰੂ। ਜਦੋਂ ਮੁੜ ਖਲੋਤੇ ਨਾ ਤੇ ਭਾਈ ਸਾਹਿਬ ਲਿਖਦੇ, ਖਰੇ ਚਰਨ ਭਾਰ ਫੇਰ ਬਾਨ ਕੋ ਚਲਾਏ ਕੈ, ਫਿਰ ਧਨੁਸ਼ ਸੰਭਾਲਿਆ ਫਿਰ ਤੀਰ ਚਲਾਏ। ਪਹੁੰਚ ਕੈ ਸੋ ਦਾਸ ਆਏ ਬਾਜ ਔਰ ਦੀਨਿਓ, ਗੁਰੂ ਕੇ ਸਿੰਘ ਨੇ ਵੇਖਿਆ ਵੀ ਸਾਹਿਬਜ਼ਾਦਾ ਜੀ ਦਾ ਜਿਹੜਾ ਘੋੜਾ ਹੈ ਉਹ ਥੱਲੇ ਡਿੱਗ ਗਿਆ ਗੋਲੀ ਲੱਗਣ ਕਰਕੇ, ਅਤੇ ਇੱਕ ਗੁਰੂ ਕਾ ਸਿੰਘ ਉਸੇ ਵੇਲੇ ਆਪਣਾ ਘੋੜਾ ਲੈ ਕੇ ਆਇਆ। ਕਰੀ ਸ਼ਿਤਾ ਬਧੌਰ ਕੈ ਰਕਾਬ ਪਾਏ ਲੀਨਿਓ, ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਘੋੜਾ ਵਿਖਾਇਆ, ਬਾਬਾ ਜੀ ਸਾਹਿਬਜ਼ਾਦਾ ਜੀ ਆਪ ਜੀ ਇਸ ਘੋੜੇ ਉੱਤੇ ਸਵਾਰ ਹੋ ਜਾਓ। ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਉਸੇ ਵੇਲੇ ਚਰਨ ਰਕਾਬ ਵਿੱਚ ਸਾਧ ਸੰਗਤ ਸਜਾਇਆ, ਬੜੀ ਫੁਰਤੀ ਦੇ ਨਾਲ ਘੋੜੇ ਉੱਤੇ ਸੱਜ ਗਏ। ਅਰੋਹ ਤਤਕਾਲ ਹੀ ਚਲਾਕ ਕੋ ਚਲਾਏ ਕੈ, ਸਾਧ ਸੰਗਤ ਫਿਰ ਘੋੜੇ ਨੂੰ ਚਲਾਉਣ ਲੱਗ ਪਏ। ਇੱਧਰ ਉੱਧਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਘੋੜੇ ਨੂੰ ਫੇਰਿਆ, ਪ੍ਰਹਾਰ ਬਾਨ ਫੇਰ ਤਾਕ ਤਾਕ ਛਤਰ ਘਾਏ ਕੈ, ਫਿਰ ਤੱਕ ਤੱਕ ਕੇ ਬਾਬਾ ਅਜੀਤ ਸਿੰਘ ਸਾਹਿਬ ਮੁੜ ਤੀਰ ਚਲਾਉਣ ਲੱਗ ਪਏ। ਜਿਹੜੇ ਸਿਆਣੇ ਸਿੰਘ ਸਨ ਨਾ ਕਈ ਉਮਰ ਵਿੱਚ ਵਡੇਰੇ, ਜਿਨ੍ਹਾਂ ਨੇ ਮੇਰੇ ਸਤਿਗੁਰੂ ਜੀ ਦੇ ਬਚਪਨ ਦੇ ਦਰਸ਼ਨ ਕੀਤੇ ਸਨ, ਜਦੋਂ ਉਹ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਦੇ ਸੀਗੇ, ਉਹਨਾਂ ਨੂੰ ਤੀਰ ਚਲਾਉਂਦਿਆਂ ਵੇਖਦੇ ਸੀਗੇ, ਅਤੇ ਸਾਧ ਸੰਗਤ ਸਿੰਘਾਂ ਨੂੰ ਮਾਨੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਲ ਰੂਪ ਦੇ ਦਰਸ਼ਨ ਹੋ ਜਾਂਦੇ ਸਨ ਜੀ। ਕਿਉਂ? ਕਿਉਂਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਹਨ, ਸਾਹਿਬਜ਼ਾਦੇ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਬਾਲ ਰੂਪ ਧਾਰ ਕੇ ਆਪ ਆ ਕੇ ਤੀਰ ਛੱਡ ਰਹੇ ਹੋਣ। ਸਮੂਹ ਸਿੰਘ ਅਗਰ ਹੋਇਆ ਤੁਫੰਗ ਸੰਗ ਭੰਗ ਕਰ, ਬਸ ਹੁਣ ਪਹਾੜੀ ਵੀ ਹਮਲਾ ਕਰ ਰਹੇ ਨੇ ਪਰ ਗੁਰੂ ਕੇ ਸਮੂਹ ਸਿੰਘ ਬੰਦੂਕਾਂ ਦੇ ਨਾਲ ਅੱਗੇ ਹੋ ਕੇ ਹੁਣ ਗੋਲੀਆਂ ਚਲਾ ਰਹੇ ਨੇ। ਰੱਖੇ ਟਿਕਾਏ ਥਾਂ ਨਹੀਂ ਵਧੇ ਨਾ ਛਤਰ ਜੰਗ ਕੈ, ਸਾਧ ਸੰਗਤ ਆਪ ਆਪਣੀ ਥਾਂ 'ਤੇ ਰਹੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਫੌਜਾਂ ਨੂੰ ਸਾਧ ਸੰਗਤ ਜੀ ਦੁਸ਼ਟ ਸਿੰਘਾਂ ਨੇ ਮੌਟ ਦੇ ਘਾਟ ਉਤਾਰ ਦਿੱਤਾ। ਨਿਸ਼ਾਨ ਮਾਨ ਸਿੰਘ ਲੈ ਦਇਓ ਸੋ ਚੀਰ ਸ਼ੋਰ ਕੈ, ਭਾਈ ਮਾਨ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਕੱਢ ਦਿੱਤਾ। ਤ੍ਰਿਪਤਾਏ ਕੈ ਤੁਰੰਗ ਕੋ ਚੁਹੰਤ ਹੇਲ ਦੌਰ ਕੈ, ਸਾਧ ਸੰਗਤ ਭਾਈ ਮਾਨ ਸਿੰਘ ਘੋੜੇ ਨੂੰ ਕਦਵਾਉਂਦੇ ਆ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ। ਹੈ ਤੁਹਾਡੇ ਵਿੱਚ ਤਾਕਤ? ਜੇ ਤਾਕਤ ਹੈ ਤਾਂ ਆ ਕੇ ਸਾਡੇ ਨਿਸ਼ਾਨ ਸਾਹਿਬ ਨੂੰ ਹਿਲਾ ਕੇ ਵਿਖਾਓ। ਪਹਿਲੇ ਦਿਨ ਵੀ ਆਪ ਜੀ ਨੇ ਕਥਾ ਸਰਵਣ ਕੀਤੀ ਸੀ, ਜਦੋਂ ਪਹਿਲੇ ਦਿਨ ਦੀ ਜੰਗ ਹੋਈ ਸੀਗੀ ਉਦੋਂ ਵੀ ਨਿਸ਼ਾਨ ਸਾਹਿਬ ਨਹੀਂ ਸੀ ਇਹ ਹਿਲਾ ਪਾਏ ਜੀ। ਅੱਜ ਵੀ ਬਾਬਾ ਜੀ ਨੇ ਭਾਈ ਮਾਨ ਸਿੰਘ ਜੀ ਨੇ ਨਿਸ਼ਾਨ ਸਾਹਿਬ ਕੱਢ ਦਿੱਤਾ ਅਤੇ ਆ ਕੇ ਹੁਣ ਨਿਸ਼ਾਨ ਸਾਹਿਬ ਨਹੀਂ ਇਹ ਹਿਲਾ ਸਕਦੇ। ਪੁਕਾਰ ਮਾਰ ਮਾਰ ਕੈ ਪਰੇ ਸੋ ਇੱਕ ਵਾਰ ਹੀ, ਮਾਰ ਲਵੋ ਮਾਰ ਲਵੋ। ਸਾਧ ਸੰਗਤ ਜੀ ਆਪਸ ਵਿੱਚ ਉੱਚੀ ਉੱਚੀ ਪਹਾੜੀ ਪੁਕਾਰ ਰਹੇ ਨੇ। ਇੱਧਰ ਗੁਰੂ ਕੇ ਸਿੰਘ ਵੀ ਕਹਿੰਦੇ ਨਾ ਦੁਸ਼ਟਾਂ ਨੂੰ ਰਹਿਣ ਨਹੀਂ ਦੇਣਾ। ਬਜਾਏ ਜੰਗ ਜੀਤ ਕੋ ਨਿਨਾਨ ਏਕ ਉਚਾਰ ਹੀ, ਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਨਗਾਰੇ ਵਾਲੇ ਨੂੰ ਕਹਿ ਦਿੱਤਾ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਨਗਾਰੇ ਵਾਲੇ ਨੂੰ ਕਹਿਤਾ, ਕਿਉਂ? ਵੇਖ ਰਿਹਾ ਸੀਗਾ ਵੀ ਕੁਝ ਸਮੇਂ ਵਿੱਚ ਜਿੰਨੇ ਪਹਾੜੀ ਅੱਜ ਆਏ ਨੇ ਨਾ ਇਹਨਾਂ ਸਾਰਿਆਂ ਨੇ ਮਰ ਜਾਣਾ, ਇਹਨਾਂ ਸਾਰਿਆਂ ਦੁਸ਼ਟਾਂ ਦਾ ਨਾਸ਼ ਕਰ ਦੇਣਾ। ਬਾਬਾ ਅਜੀਤ ਸਿੰਘ ਸਾਹਿਬ ਨੇ ਪਹਿਲਾਂ ਹੀ ਨਗਾਰੇ ਵਾਲੇ ਨੂੰ ਕਹਿ ਕੇ ਜਿੱਤ ਦਾ ਨਗਾਰਾ ਪਹਿਲਾਂ ਹੀ ਇੱਕ ਵਾਰੀ ਵਜਵਾਇਆ। ਸਤ ਸ੍ਰੀ ਅਕਾਲ। ਜੰਗ ਦੇ ਮੈਦਾਨ ਵਿੱਚ ਨਗਾਰਾ ਵਜਾਇਆ ਗਿਆ। ਕਰੰਤ ਰੇਲ ਪੀਲ ਕੋ ਪ੍ਰਵੇਸ਼ ਹੋਏ ਸੂਰਮੇ, ਸਿੰਘਾਂ ਦਾ ਹੌਸਲਾ ਹੋਰ ਬੁਲੰਦ ਹੋ ਗਿਆ, ਹੋਰ ਤੇਜ਼ੀ ਦੇ ਨਾਲ ਉਹਨਾਂ ਨੇ ਦੁਸ਼ਟਾਂ ਦੇ ਉੱਤੇ ਹਮਲੇ ਕੀਤੇ। ਤੁਰੰਗ ਤੀਰ ਮਾਰ ਕੇ ਮਿਲਾਏ ਵੀਰ ਧੂਰ ਮੈਂ, ਤੁਰੰਗ ਤੀਰ ਮਾਰ ਕੇ ਬੁਲਾਏ ਵੀਰ ਧੂਰ ਮੈਂ। ਸਾਧ ਸੰਗਤ ਗੋਲੀਆਂ ਚਲਾ ਕੇ ਤੀਰ ਚਲਾ ਕੇ ਪਹਾੜੀਆਂ ਦੀਆਂ ਪਹਾੜਾਂ ਵਾਹਿਗੁਰੂ ਪਹਾੜੀਆਂ ਦੀਆਂ ਫੌਜਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਕਿਰਪਾਨ ਖੈਂਚ ਮਿਆਨ ਤੇ ਕੜਾ ਕੜੀ ਮਚਾਏ ਕੈ, ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਤੀਰ ਮੁੱਕੇ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਫਿਰ ਮਿਆਨ ਵਿੱਚੋਂ ਸ੍ਰੀ ਸਾਹਿਬ ਧੋਈ
ਤੇ ਸਾਰ ਸੰਗਤ ਕੜਾਕੜੀ ਮਚਾ ਦਿੱਤੀ ਇੱਕ ਵਾਰੀ ਜੰਗ ਵਿੱਚ ਬਿਹੰਡ ਰੁੰਡ ਮੁੰਡ ਤੁੰਡ ਪੁੰਡ ਤੇ ਪਿਲਾਏ ਬੜੇ ਵੈਰੀਆਂ ਦਾ ਸੀਸ ਕੱਟ ਸੁੱਟਿਆ ਸਾਧ ਸੰਗਤ ਕਈਆਂ ਦੇ ਮੂੰਹ ਕੱਟੇ ਗਏ ਪ੍ਰਚੰਡ ਹੀ ਘੁਮੰਡ ਪਾਏ ਦੰਡ ਦੂਤ ਧਾਏ ਕਹਿਣ ਲੱਗੇ ਮਾਨੋ ਆਪ ਪਰਮੇਸ਼ਰ ਜੀ ਆ ਕੇ ਇਹਨਾਂ ਦਾ ਮੁੱਖ ਭੰਨ ਰਹੇ ਹੋਣ ਕਹਿਣ ਲੱਗੇ ਜਿਹੜੀ ਇਹਨਾਂ ਨੇ ਹੱਥ ਚੁੱਕੀ ਸੀਗੀ ਮਾਨੋ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਰੂਪ ਵਿੱਚ ਅੱਜ ਅਕਾਲ ਪੁਰਖ ਜੀ ਆਪ ਹੀ ਆ ਗਏ ਹੋਣ ਇਹਨਾਂ ਦਾ ਮੁੱਖ ਭੰਨਣ ਵਾਸਤੇ ਕਟੰਤ ਕੰਠ ਕੰਧ ਬਹੁ ਦੰਡ ਕੋ ਰਿਸਾਏ ਕੈ ਬਸ ਵੈਰੀਆਂ ਨੂੰ ਭਜਾ ਭਜਾ ਕੇ ਡੰਡ ਦੇ ਰਹੇ ਨੇ ਕਿਸੇ ਦਾ ਗਲਾ ਕਿਸੇ ਦਾ ਮੋਢਾ ਕਿਸੇ ਦੀਆਂ ਬਾਹਾਂ ਕੱਟੀਆਂ ਗਈਆਂ ਨੇ ਗੁਰੂ ਕੇ ਸਾਰੇ ਸਿੰਘ ਸ੍ਰੀ ਸਾਹਿਬਾਂ ਦਾ ਜ਼ੋਰ ਵਿਖਾ ਰਹੇ ਨੇ ਹੁਣ ਕਥਾ ਤਾਂ ਆਪਾਂ ਸੁਣ ਲਈ ਪਰ ਖਾਲਸਾ ਜੀ ਮਾਫ਼ ਕਰਿਓ ਮੈਂ ਸਮੇਤ ਆਪਣੇ ਗੱਲ ਕਰਦਾ ਤਲਵਾਰਬਾਜ਼ੀ ਸਾਡੇ ਵਿੱਚੋਂ ਕਿਸੇ ਵਿਰਲੇ ਨੂੰ ਆਉਂਦੀ ਹੋਏਗੀ ਜੀ ਸ੍ਰੀ ਸਾਹਿਬ ਕਿਵੇਂ ਚਲਾਉਣੀ ਹੈ ਇੱਕ ਵਿੱਦਿਆ ਹੈ ਉਹ ਵਿੱਦਿਆ ਆਉਣੀ ਚਾਹੀਦੀ ਹੈ ਨਹੀਂ ਤਾਂ ਦੂਜੇ ਨੂੰ ਮਾਰਦਾ ਮਾਰਦਾ ਬੰਦਾ ਆਪ ਹੀ ਮਰ ਬੈਠਦਾ ਆਪਣੇ ਆਪ ਨੂੰ ਹੀ ਸ਼ਸਤਰ ਵੱਜ ਜਾਂਦਾ ਹੈ ਜੀ ਅਤੇ ਬਹੁਤਿਆਂ ਨੂੰ ਤਾਂ ਵੇਖੀਦਾ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕਿਵੇਂ ਕੱਢਣੀ ਇਹ ਵੀ ਨਹੀਂ ਵਿੱਦਿਆ ਪਤਾ ਵੀ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕਿਵੇਂ ਕੱਢਣੀ ਹੈ ਇਹਦੇ ਬਾਰੇ ਵੀ ਨਹੀਂ ਪਤਾ ਗੁਰੂ ਕੇ ਸਿੰਘ ਸ੍ਰੀ ਸਾਹਿਬਾਂ ਚਲਾ ਚਲਾ ਕੇ ਇਹਨਾਂ ਦੁਸ਼ਟਾਂ ਦਾ ਨਾਸ ਕਰ ਰਹੇ ਹਨ ਬਿਲੋਕ ਬੀਰ ਖਾਲਸਾ ਕਿਰਪਾਨ ਕੋ ਘੁਮੰਡ ਕੈ ਜਦੋਂ ਖਾਲਸੇ ਨੇ ਪਹਿਲਾਂ ਤੀਰਾਂ ਦਾ ਜ਼ੋਰ ਵਿਖਾਇਆ ਗੋਲੀਆਂ ਦਾ ਜ਼ੋਰ ਵਿਖਾਇਆ ਹੁਣ ਖਾਲਸੇ ਨੇ ਜਦੋਂ ਸਾਧ ਸੰਗਤ ਦੀ ਕਿਰਪਾਨ ਦਾ ਜ਼ੋਰ ਵਿਖਾਇਆ ਨਾ ਕਿਰਪਾਨ ਦੇ ਜ਼ੋਰ ਵਿਖਾਏ ਚੰਗੀ ਤਰ੍ਹਾਂ ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਹਾੜੀਏ ਹੁਣ ਖਾਲਸੇ ਦੀ ਸ੍ਰੀ ਸਾਹਿਬ ਕਿਰਪਾਨ ਵੇਖ ਕੇ ਡਰ ਗਏ ਪਰ ਸੋ ਇੱਕ ਵਾਰ ਹੀ ਅਨੇਕ ਹੂੰ ਬਿਹੰਡ ਕੈ ਭੇਮ ਚੰਦ ਨੇ ਇੱਕੋ ਵਾਰ ਹੀ ਬਹੁਤ ਜ਼ਿਆਦਾ ਫੌਜ ਭੇਜ ਦਿੱਤੀ ਵੀ ਜਾਓ ਇੱਕੋ ਵਾਰ ਹੀ ਜਾਓ ਕਿੰਨੇ ਕੁ ਸਿੰਘ ਨੇ ਕਿੰਨੇ ਕੁ ਆਪਣਾ ਇਹ ਬਚਾਅ ਕਰਨਗੇ ਬਹੁਤ ਜ਼ਿਆਦਾ ਪਹਾੜੀਆਂ ਦੀ ਫੌਜ ਆ ਕੇ ਦੁਬਾਰਾ ਖਾਲਸੇ ਉੱਤੇ ਟੁੱਟ ਕੇ ਪੈ ਗਈ ਪ੍ਰਚੰਡ ਓਨ ਕੀਨ ਤੁੰਡ ਮੋਰ ਕੇ ਨਿਰੂਪਿਓ ਸੱਚ ਕੇ ਆਖੋ ਗੱਜ ਕੇ ਸਾਧ ਸੰਗਤ ਉਹ ਤਾਂ ਪੂਰੀ ਜਾਨ ਲਾ ਕੇ ਜੰਗ ਕਰਨ ਦੇ ਅਤੇ ਆਪਾਂ ਗੱਜ ਕੇ ਵਾਹਿਗੁਰੂ ਵੀ ਨਹੀਂ ਬੋਲ ਸਕਦੇ ਗੱਜ ਕੇ ਆਖੋ ਜੇ ਕਹਿਣ ਲੱਗੇ ਜਦੋਂ ਕੀਤਾ ਨਾ ਫਿਰ ਪਹਾੜੀਆਂ ਦਾ ਇੱਕਦਮ ਆਇਆ ਹਮਲਾ ਅਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਵੀ ਸਾਰੇ ਸਿੰਘਾਂ ਨੂੰ ਹੀ ਕਹਿਤਾ ਬਾਬਾ ਉਦੈ ਸਿੰਘ ਜੀ ਵਰਗੇ ਸੂਰਮੇ ਬਾਬਾ ਆਲਮ ਸਿੰਘ ਜੀ ਵਰਗੇ ਸੂਰਮੇ ਬਾਬਾ ਮਾਨ ਸਿੰਘ ਜੀ ਭਾਈ ਮਾਨ ਸਿੰਘ ਜੀ ਵਰਗੇ ਸੂਰਮੇ ਇੱਕ ਤੋਂ ਇੱਕ ਵੱਧ ਸਾਰਿਆਂ ਨੇ ਸ੍ਰੀ ਸਾਹਿਬਾਂ ਚਲਾਈਆਂ ਐਸੀਆਂ ਚਲਾਈਆਂ ਬੜਾ ਵੱਡਾ ਜ਼ਬਰਦਸਤ ਜੰਗ ਇੱਕ ਵਾਰ ਮੁੜ ਆਰੰਭ ਹੋ ਗਿਆ ਪਲਾਏ ਕੰਡ ਦੇਖ ਵੀਰ ਧੀਰਜਕ ਕਿਸੂਨਿਓ ਇਹਨਾਂ ਵੇਖਿਆ ਖਾਲਸੇ ਤੇ ਤੀਰਾਂ ਅੱਗੇ ਨਹੀਂ ਅਸੀਂ ਟਿਕ ਸਕਦੇ ਖਾਲਸੇ ਦੀਆਂ ਗੋਲੀਆਂ ਅੱਗੇ ਨਹੀਂ ਟਿਕ ਸਕਦੇ ਪਰ ਹੁਣ ਤਾਂ ਪਹਾੜੀਏ ਕਹਿਣ ਲੱਗੇ ਖਾਲਸੇ ਦੀ ਤਾਂ ਸ੍ਰੀ ਸਾਹਿਬ ਅੱਗੇ ਵੀ ਅਸੀਂ ਟਿਕ ਨਹੀਂ ਸਕਦੇ ਕਹਿਣ ਲੱਗੇ ਖਾਲਸੇ ਦੀ ਕਿਰਪਾਨ ਅੱਗੇ ਵੀ ਅਸੀਂ ਟਿਕ ਨਹੀਂ ਸਕਦੇ ਨਿਹਾਰ ਤੇ ਸੋ ਮੋਰ ਨੈਣ ਤ੍ਰਾਸ ਕੋ ਵਿਸਾਲ ਤੇ ਆ ਸੰਗਤ ਉਹ ਜਿੰਨਾ ਵੱਡਾ ਦਲ ਆਇਆ ਸੀ ਨਾ ਇੱਕਦਮ ਹਮਲਾ ਕਰਨ ਵਾਸਤੇ ਉਹ ਸਾਰੇ ਦਾ ਸਾਰਾ ਦਲ ਜਦੋਂ ਵੱਜਦੀਆਂ ਕਿਰਪਾਨਾਂ ਵੇਖੀਆਂ ਵੀ ਇਹ ਤਾਂ ਸਿਰ ਨਹੀਂ ਵੇਖਦੇ ਹੱਥ ਨਹੀਂ ਵੇਖਦੇ ਮੋਢਾ ਨਹੀਂ ਵੇਖਦੇ ਬਸ ਵੱਡੀ ਤੁਰੀ ਆਉਂਦੇ ਨੇ ਅਤੇ ਬੜੇ ਧਿਆਨ ਨਾਲ ਸੁਣਿਓ ਜਿਹੜੀਆਂ ਪਹਾੜੀਆਂ ਦੀਆਂ ਫੌਜਾਂ ਸਨ ਨਾ ਉਹ ਸਾਰੇ ਡਰ ਗਏ ਤੇ ਸਾਰੇ ਪਿੱਛਲ ਪੈਰ ਵਾਪਸ ਭੱਜ ਗਏ ਬਚੇ ਰਹੇ ਭਲਾਏ ਜੇ ਅਰੇ ਸੋ ਮੇਲ ਕਾਲ ਤੇ ਜਿਹੜੇ ਬਚੇ ਰਹੇ ਸਾਧ ਸੰਗਤ ਜੀ ਉਹ ਖਾਲਸੇ ਨੇ ਵੈਸੇ ਵੱਢ ਸੁੱਟੇ ਹਾਂਜੀ ਹੁਤੋ ਸੋ ਦੂਰ ਕੇਸਰੀ ਬਿਲੋਕ ਸੂਰ ਭੱਜ ਤੇ ਕੇਸਰੀ ਚੰਦ ਨੇ ਵੇਖਿਆ ਸਾਡੇ ਸੂਰਮੇ ਤਾਂ ਵਾਪਸ ਭੱਜ ਗਏ ਨੇ ਜੰਗ ਵਿੱਚ ਆਹ ਤਾਂ ਖਾਲਸੇ ਦੀ ਜਿੱਤ ਹੋ ਰਹੀ ਹੈ ਹਾਂਜੀ ਲਏ ਸਮੂਹ ਸੂਰਮੇ ਮਿਲੇ ਸੋ ਸਿੰਘ ਗਾਜ ਤੇ ਗੁਰੂ ਕੇ ਸਿੰਘ ਗੱਜ ਗੱਜ ਕੇ ਕਹਿੰਦੇ ਪਹਾੜੀਓ ਆਓ ਅੱਗੇ ਆਓ ਜੇ ਤੁਹਾਡੇ ਵਿੱਚ ਦਮ ਹੈ ਆਓ ਹੁਣ ਆਓ ਕਰੋ ਹਮਲਾ ਸਾਡੇ ਤੇ ਅਤੇ ਗੁਰਮੁਖੋ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਭੱਜ ਜਾਣਾ ਬੜੀ ਵੱਡੀ ਸ਼ਰਮ ਦੀ ਗੱਲ ਹੈਗੀ ਹੈ ਬੜੀ ਵੱਡੀ ਸ਼ਰਮ ਦੀ ਗੱਲ ਹੈ ਜੇ ਕੋਈ ਜੰਗ ਦੇ ਮੈਦਾਨ ਵਿੱਚ ਪਿੱਠ ਵਿਖਾ ਕੇ ਹੀ ਭੱਜ ਜਾਏ ਪਹਾੜੀਆਂ ਦੀਆਂ ਫੌਜਾਂ ਅੱਜ ਜਿੰਨੀਆਂ ਕੁ ਆਈਆਂ ਸਨ ਸਾਰੇ ਪਿੱਠ ਵਿਖਾ ਕੇ ਭੱਜ ਰਹੇ ਹਨ ਰਿਪੂਨ ਕਾਟ ਸੈਂਕੜੇ ਸਰੀਰ ਘਾਲ ਖਾਏ ਕੈ ਆਪਣੇ ਸਰੀਰਾਂ 'ਤੇ ਜਿਹੜੇ ਜ਼ਖਮ ਨੇ
ਉਹ ਸਾਂਭਦੇ ਨੇ ਹੁਣ ਜਾ ਕੇ ਮੁਰੇ ਬਹੋਰ ਬੀਰ ਸਿੰਘ ਸ਼ਰੀ ਫਤਿਹ ਸੁਪਾਏ ਕੈ। ਗੁਰਮੁਖੋ ਜਦੋਂ ਸਾਰੀਆਂ ਫੌਜਾਂ ਹੀ ਭੱਜ ਗਈਆਂ, ਗੱਜ ਕੇ ਆਖੋ ਵਾਹਿਗੁਰੂ, ਕਿਉਂਕਿ ਮਹਾਰਾਜ ਨੇ ਥਾਪੜਾ ਦੇ ਕੇ ਤੋਰਿਆ ਸੀ ਨਾ, ਅੱਜ ਥਾਪੜਾ ਦੇ ਕੇ ਮਹਾਰਾਜ ਨੇ ਤੋਰਿਆ ਸੀਗਾ ਵੀ ਅੱਜ ਜਿੱਤ ਕੇ ਆਉਣਾ। ਗੱਜ ਕੇ ਆਖੋ ਵਾਹਿਗੁਰੂ, ਫੌਜਾਂ ਭਜਾ ਦੇਣੀਆਂ, ਇਹ ਵੀ ਤਾਂ ਜਿੱਤ ਹੀ ਹੈ ਇੱਕ ਕਿਸਮ ਦੀ। ਭਾਵੇਂ ਕਿ ਅਜੇ ਪਹਾੜੀਆਂ ਨੇ ਦਾਅ ਪੇਚ ਹੋਰ ਬੜੇ ਖੇਡਣੇ ਨੇ ਆਉਣ ਵਾਲੇ ਦਿਨਾਂ 'ਚ, ਇੱਕ ਵਾਰੀ ਚੁੱਪ ਕਰਕੇ ਬਹਿ ਜਾਣਗੇ ਪਰ ਵਿੱਚ ਵਿੱਚ ਇਹਨਾਂ ਹਮਲੇ ਕਰੀ ਜਾਣੇ ਨੇ ਅਜੇ। ਪਰ ਇੱਕ ਵਾਰੀ ਇਹ ਸਾਰੇ ਭੱਜ ਗਏ, ਭਾਈ ਸਾਹਿਬ ਲਿਖਦੇ ਰਿਪੂਨ ਕਾਂਟ ਸੈਂਕਰੇ ਸਰੀਰ ਘਾਏ ਖਾਏ ਕੈ। ਬਾਬਾ ਉਦੇ ਸਿੰਘ ਸਾਹਿਬ, ਬਾਬਾ ਆਲਮ ਸਿੰਘ ਸਾਹਿਬ ਸਾਰਿਆਂ ਨੂੰ ਥੋੜ੍ਹੇ ਥੋੜ੍ਹੇ ਜ਼ਖਮ ਵੀ ਨੇ, ਪਰ ਸਾਧ ਸੰਗਤ ਜਿਹੜਾ ਉਤਸ਼ਾਹ ਹੈ ਨਾ ਉਹ ਨਹੀਂ ਘਟਿਆ। ਹਾਂਜੀ, ਮੁਰੇ ਬਹੋਰ ਬੀਰ ਸਿੰਘ ਸ਼੍ਰੀ ਫਤਿਹ ਸੁਪਾਏ ਕੈ। ਰੱਜ ਕੇ ਆਖੋ ਸ੍ਰੀ ਸਾਹਿਬਾਂ ਮਿਆਨਾਂ 'ਚੋਂ ਕੱਢੀਆਂ ਗੁਰੂ ਕੇ ਸਿੰਘ ਕਈ ਘੋੜਿਆਂ 'ਤੇ, ਅਤੇ ਕਈ ਪੈਦਲ ਭੱਜੇ ਗਏ ਪਹਾੜੀਆਂ ਪਿੱਛੇ ਵੀ ਆਓ। ਜਦੋਂ ਨਹੀਂ ਨਾ ਆਏ ਤਾਂ ਵੇਖ ਲਿਆ ਅੱਜ ਸਾਡੇ ਮੈਦਾਨ ਵਿੱਚ ਪਹਾੜੀਆਂ ਦੀਆਂ ਫੌਜਾਂ ਦਾ ਇੱਕ ਵੀ ਬੰਦਾ ਨਹੀਂ ਰਿਹਾ। ਬਾਬਾ ਅਜੀਤ ਸਿੰਘ ਸਾਹਿਬ ਨੇ ਫਤਿਹ ਦਾ ਨਗਾਰਾ ਫਿਰ ਵਜਵਾਇਆ। ਅਕਾਲ ਸਨੇ ਸਨੇ ਹਟੰਤ ਘਾਏ ਲਾਨ ਕੋ ਸੰਭਾਰ ਤੇ। ਬਸ ਹੌਲੀ ਹੌਲੀ ਫਿਰ ਸਿੰਘ ਵੀ ਵਾਪਸ ਮੁੜਨ ਲੱਗ ਪਏ। ਥਿਰੇ ਸਥਾਨ ਆਪਣੇ ਸਮੂਹ ਧੀਰ ਧਾਏ ਕੈ। ਪਹਾੜੀਆਂ ਦੀਆਂ ਫੌਜਾਂ ਮੁੜ ਆਪਣੇ ਤੰਬੂਆਂ ਵਾਲੇ ਪਾਸੇ ਦੌੜਨ ਲੱਗ ਪਈਆਂ। ਤੁਰੰਗ ਅੰਗ ਭੰਗ ਤੇ ਕਿਨੇਕ ਸ਼ੂਸ਼ ਡੋਲੇ ਤੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਕੇ ਸਿੰਘ ਵਾਪਸ ਕਲਗੀਧਰ ਜੀ ਦੇ ਚਰਨਾਂ ਵਿੱਚ ਜਾ ਰਹੇ ਨੇ, ਅਤੇ ਹੁਣ ਜਿਹੜੇ ਕਈ ਘੋੜੇ ਜਿਨ੍ਹਾਂ ਦੇ ਮਾਲਕ ਮਾਰ ਸੁੱਟੇ ਸਨ ਸਾਧ ਸੰਗਤ ਤੋਂ, ਘੋੜੇ ਉਵੇਂ ਹੀ ਤੁਰੇ ਫਿਰਦੇ ਜੰਗ ਦੇ ਮੈਦਾਨ ਵਿੱਚ। ਹਾਂਜੀ, ਕੱਟੇ ਸਰੀਰ ਹੱਥ ਪਾਏ ਕੋਏ ਦੀਨ ਬੋਲਤੇ। ਕਈ ਕਹਿਣ ਲੱਗੇ ਸਰੀਰਾਂ ਦੇ ਹੱਥ ਪੈਰ ਕੱਟੇ ਨੇ, ਉਹ ਭੀਮ ਚੰਦ ਦਾ ਨਾਮ ਲੈ ਕੇ ਨਾ ਉਹਨੂੰ ਗਾਲਾਂ ਵੀ ਕੱਢ ਰਹੇ ਨੇ। ਗੱਜ ਕੇ ਆਖੋ ਵੀ ਕਿਉਂ ਸਾਨੂੰ ਇੱਧਰ ਖਾਲਸੇ ਵਾਲੇ ਪਾਸੇ ਭੇਜਿਆ। ਹਾਂਜੀ, ਬਿਹਾਲ ਹੈ ਵਿਸਾਲ ਹੀ ਕਰਾਲ ਬੀਚ ਖੇਤ ਕੇ। ਸਾਧ ਸੰਗਤ ਬਿਹਾਲ ਹੋਏ ਪਏ ਨੇ ਜੰਗ ਦੇ ਮੈਦਾਨ ਵਿੱਚ, ਬੁਰੇ ਹਾਲ ਨੇ ਉਹਨਾਂ ਦੇ, ਅਤੇ ਕਿਤੇ ਨਾ ਕਿਤੇ ਪਹਾੜੀ ਰਾਜਿਆਂ ਦੀ ਮੂਰਖਤਾ ਉੱਤੇ ਪਛਤਾਉਂਦੇ ਨੇ, ਅਸੀਂ ਕਿਉਂ ਇਹਨਾਂ ਦੀ ਫੌਜ ਵਿੱਚ ਰਲੇ। ਕਹਾਰ ਤੇ ਪੁਕਾਰ ਤੇ ਮਰੰਤ ਸਵਾਮੀ ਹੇਤ ਕੇ। ਕਹਾਰਨ ਦੇ ਪੁਕਾਰਨ ਦੇ ਆਪਣੇ ਸਵਾਮੀ ਨੂੰ ਭੀਮ ਚੰਦ ਨੂੰ ਵੀ ਆਵੇ, ਆ ਕੇ ਹੁਣ ਸਾਡੇ ਸਰੀਰਾਂ ਦੀ ਸੁੱਧ ਲਵੇ। ਲੜੰਤ ਏਵ ਰੀਤ ਸੋ ਪ੍ਰਕਾਸ਼ਮੰਦ ਹੋਇਓ। ਇਸ ਤਰ੍ਹਾਂ ਲੜਦਿਆਂ ਲੜਦਿਆਂ ਖਾਲਸਾ ਜੀ ਸ਼ਾਮ ਪੈ ਗਏ। ਪ੍ਰਗੋਪ ਮਾਰ ਤੰਡ ਭਾ ਭਿਆਨ ਸਾਂਝ ਸੋਇਓ। ਕਹਿਣ ਲੱਗੇ ਸੂਰਜ ਜਿਹੜਾ ਸੀਗਾ ਉਹ ਛਿਪਣਾ ਆਰੰਭ ਹੋ ਗਿਆ। ਫਿਰੰਤ ਰੁਦਰ ਰੁਦਰ ਵੇਖ ਸੰਗ ਲੈ ਗਣਾਏ ਕੈ। ਟਿਕੇ ਸਮੂਹ ਸੂਰਮੇ ਸਥਾਨ ਮੋਰਚਾਨ ਕੋ। ਗੁਰੂ ਕੇ ਸਿੰਘ ਮੋਰਚਿਆਂ ਦੇ ਵਿੱਚ ਜਾ ਕੇ ਟਿਕਣਾ ਆਰੰਭ ਹੋ ਗਏ, ਪਹਾੜੀਏ ਆਪਣੇ ਮੋਰਚਿਆਂ ਵਿੱਚ ਜਾ ਕੇ ਟਿਕਣਾ ਆਰੰਭ ਹੋ ਗਏ। ਫਿਰੇ ਸੋ ਆਪ ਆਪ ਕੋ ਸੰਭਾਲ ਘਾਇਨ ਲਾਨ ਕੋ। ਬਿਲੋਕ ਭੀਮ ਚੰਦ ਬ੍ਰਿੰਦ ਬੀਰ ਮਿਰਤਾਨ ਕੋ। ਤੇ ਹੁਣ ਭੀਮ ਚੰਦ ਆਇਆ ਜੰਗ ਦੇ ਮੈਦਾਨ ਵਿੱਚ। ਗੱਜ ਕੇ ਆਖੋ ਦੋ ਦਿਨ ਹੋ ਗਏ ਫੌਜਾਂ ਮਰਵਾਈ ਜਾਂਦਾ, ਮੈਦਾਨ 'ਚ ਨਹੀਂ ਸੀ ਉਤਰਿਆ, ਹੁਣ ਆਇਆ ਮੈਦਾਨ ਵਿੱਚ। ਜਾ ਕੇ ਸਿਪਾਹੀਆਂ ਵੀ ਹੱਥ ਖੜ੍ਹੇ ਕਰਦੇ ਨਾ ਜਿਹੜੇ ਭੱਜ ਕੇ ਗਏ ਸੀ, ਵੀ ਖਾਲਸੇ ਦੇ ਨਾਲ ਨਾ ਤੀਰਾਂ ਨਾਲ ਲੜਿਆ ਜਾਂਦਾ, ਨਾ ਗੋਲੀਆਂ ਨਾਲ ਹੀ ਲੜਿਆ ਜਾਂਦਾ, ਅਤੇ ਨਾ ਹੀ ਹੱਥ 'ਚ ਫੜਨ ਵਾਲੇ ਸ਼ਸਤਰਾਂ ਨਾਲ ਹੀ ਲੜਿਆ ਜਾ ਰਿਹਾ ਹੈ ਜੀ, ਇਹਨਾਂ ਨਾਲ ਨਹੀਂ ਲੜਿਆ ਜਾ ਰਿਹਾ। ਅਤੇ ਸਾਧ ਸੰਗਤ ਭੀਮ ਚੰਦ ਹੁਣ ਆਇਆ ਘੋੜੇ 'ਤੇ, ਘੋੜਾ ਇੱਕ ਪਾਸੇ ਕੀਤਾ, ਜੰਗ ਦੇ ਮੈਦਾਨ ਵਿੱਚ ਮਰੇ ਹੋਏ ਆਪਣੇ ਸੈਨਿਕ ਵੇਖ ਰਿਹਾ। ਹਾਂਜੀ, ਸਚਿੰਤ ਸ਼ੋਕ ਧਾਰ ਤੋਂ ਕਹੈ ਸੋ ਕਾਹੋਂ ਪਾਸ ਹੀ। ਤੇ ਮਨ ਹੀ ਮਨ ਵਿੱਚ ਰੋ ਵੀ ਰਿਹਾ ਹੈ ਭੀਮ ਚੰਦ। ਗੱਜ ਕੇ ਆਖੋ ਵਾਹਿਗੁਰੂ, ਮਨ ਵਿੱਚ ਰੋ ਰਿਹਾ, ਦੱਸ ਨਹੀਂ ਰਿਹਾ ਕਿਸੇ ਨੂੰ, ਕੀ ਦੱਸੇ, ਆਪਣੇ ਬਾਰੇ ਹੀ ਦੱਸੇਗਾ, ਆਪਣੀ ਮੂਰਖਤਾ ਹੀ ਕਿਸੇ ਨੂੰ ਦੱਸੇਗਾ। ਪਹਾੜੀ ਰਾਜਿਆਂ ਦਾ ਬਾਕੀਆਂ ਦਾ ਕਹਿਣਾ ਮੰਨਿਆ, ਕੇਸਰੀ ਚੰਦ ਦਾ ਕਹਿਣਾ ਮੰਨਿਆ, ਤੇ ਜਿਹੜੀ ਥੋੜ੍ਹੀ ਬਹੁਤੀ ਫੌਜ ਸੀਗੀ ਉਹ ਵੀ ਮਰਵਾ ਬੈਠਾ ਹੈ ਭੀਮ ਚੰਦ। ਭੀਮ ਚੰਦ ਨਾ ਪਛਤਾ ਬੜਾ ਰਿਹਾ,
ਮਨ ਵਿੱਚ ਰੋਂਦਾ ਹੈ ਪਰ ਡਰਦਾ ਨਹੀਂ, ਦੱਸਦਾ ਨਹੀਂ ਕਿਸੇ ਨੂੰ ਵੀ ਮੇਰੀ ਬੇਇੱਜ਼ਤੀ ਹੋ ਜਾਏਗੀ, ਮੈਂ ਕੀ ਦੱਸਾਂ ਕਿਸੇ ਨੂੰ। ਭੀਮ ਚੰਦ ਇਹ ਗੱਲ ਦੀ ਵਿਚਾਰ ਕਰਦਾ, ਕਿਸੇ ਨੂੰ ਦੱਸਦਾ ਨਹੀਂ। ਸਚਿੰਤ ਸ਼ੋਕ ਧਾਰ ਤੋਂ ਕਹੈ ਨਾ ਕਹੂੰ ਪਾਸ ਹੀ, ਕਿਸੇ ਨੂੰ ਕੁਝ ਕਹਿੰਦਾ ਨਹੀਂ ਹੈ ਆਪਣੀ ਇੱਜ਼ਤ ਬਚਾਉਣ ਵਾਸਤੇ। ਲਰੇ ਸੋ ਏਵਨੀਤ ਹੀ ਨਾ ਜੀਤ ਹੋਤ ਆਸ ਹੀ। ਸਾਧ ਸੰਗਤ ਭਾਈ ਸੰਤੋਖ ਸਿੰਘ ਵੀ ਕਮਾਲ ਹੀ ਕਰਦੇ ਨੇ, ਜਿਨ੍ਹਾਂ ਨੂੰ ਕੁਝ ਨਹੀਂ ਨਾ ਆਉਂਦਾ ਜਾਂਦਾ ਉਹ ਭਾਈ ਸਾਹਿਬ ਦੀ ਨਿੰਦਾ ਕਰਨ ਲੱਗ ਪੈਂਦੇ। ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਸੇਵਾ ਲਈ ਭਾਈ ਸਾਹਿਬ ਤੋਂ ਬੜੀ ਵੱਡੀ। ਭਾਈ ਸਾਹਿਬ ਲਿਖਦੇ ਕਹਿੰਦੇ, ਭੀਮ ਚੰਦ ਜੰਗ ਦੇ ਮੈਦਾਨ ਵਿੱਚ ਤੁਰਿਆ ਸੋਚਣ ਦਿਆ ਵੀ ਜੇ ਖਾਲਸੇ ਨਾਲ ਇਸ ਤਰ੍ਹਾਂ ਲੜਨਾ ਹੈ ਨਾ ਤਾਂ ਮੈਂ ਸਾਰੀ ਜ਼ਿੰਦਗੀ ਵੀ ਲੱਗਾ ਰਵਾਂ ਅਤੇ ਮੈਂ ਕਦੀ ਖਾਲਸੇ ਤੋਂ ਜਿੱਤ ਨਹੀਂ ਸਕਦਾ। ਕਹਿਣ ਲੱਗਾ ਮੈਂ ਕਦੀ ਨਹੀਂ ਜਿੱਤ। ਲੜਾ ਜੋ ਇਹ ਵਨੀਤ ਹੀ ਜੀਤ ਹੋਏ ਆਸ ਹੀ, ਵਾਹਿਗੁਰੂ ਨਾ ਜੀਤ ਹੋਏ ਆਤ ਹੀ ਆਸ ਹੀ, ਮੇਰੀ ਮੈਂ ਜਿੱਤ ਦੀ ਆਸਾ ਵੀ ਨਹੀਂ ਕਰ ਸਕਦਾ ਵੀ ਮੈਂ ਜਿੱਤ ਜਾਵਾਂਗਾ ਕਦੇ। ਖਾਲਸੇ ਦਾ ਤਾਂ ਮੁਕਾਬਲਾ ਹੀ ਨਹੀਂ ਹੋ ਸਕਦਾ। ਅਤੇ ਖਾਲਸਾ ਕੌਣ ਹੈ? ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਕਿਵੇਂ ਪਹਾੜੀਆਂ ਦੀਆਂ ਫੌਜਾਂ ਗੁਰੂ ਕੇ ਖਾਸ ਰੂਪ ਨਾਲ ਮੁਕਾਬਲਾ ਕਰ ਲੈਣਗੀਆਂ। ਹਾਂਜੀ, ਕਰੈ ਇਕੱਤਰ ਆਨ ਕੈ ਅੰਬਾਰ ਦੀ ਹੀ ਲਾਗੇ ਓ। ਬਾਕੀ ਪਹਾੜੀ ਰਾਜਿਆਂ ਨੂੰ ਇਹਨੇ ਇਕੱਠਿਆਂ ਕੀਤਾ, ਫੌਜਾਂ ਦੀਆਂ ਸਰੀਰ ਇਕੱਠੇ ਕੀਤੇ, ਸਰੀਰਾਂ ਦੇ ਅੰਬਾਰ ਲੱਗ ਗਏ। ਇੰਨੀਆਂ ਕੁ ਫੌਜਾਂ ਦਾ ਨਾਸ ਖਾਲਸੇ ਨੇ ਕੀਤਾ ਜੀ। ਹਾਂਜੀ, ਮੰਗਾਏ ਕਾਸ਼ਟਾਨ ਤਾਤਕਾਲ ਦੀਨ ਲਾਗੇ ਓ। ਤੇ ਰਾਤੋ ਰਾਤ ਲੱਕੜਾਂ ਮੰਗਾ ਕੇ ਆਪਣੀਆਂ ਫੌਜਾਂ ਦਾ ਸਤਿਕਾਰ ਕੀਤਾ ਭੀਮ ਚੰਦ ਨੇ। ਵਿਸ਼ਾਲ ਸ਼ੋਕ ਧਾਰ ਕੈ ਸਚਿੰਤ ਰਾਤ ਹੋਏ ਕੈ। ਰਾਤ ਸਤਿਕਾਰ ਕਰਕੇ ਨਾ ਰਾਤ ਬੈਠਾ ਇਕੱਲਾ, ਬੜਾ ਹੀ ਸ਼ੋਕ ਧਾਰ ਰਿਹਾ, ਬੜਾ ਹੀ ਪਛਤਾ ਰਿਹਾ ਭੀਮ ਚੰਦ। ਉਹ ਕਿਹੜੀ ਮਾੜੀ ਘੜੀ ਸੀਗੀ ਜਦੋਂ ਮੈਂ ਅਨੰਦਪੁਰ ਉੱਤੇ ਫੌਜਾਂ ਲੈ ਕੇ ਚੜ੍ਹਾਈ ਕੀਤੀ ਸੀਗੀ। ਭਾਵੇਂ ਜੋ ਮਰਜ਼ੀ ਹੈ, ਸੈਨਾ ਮਰ ਜੇ ਫੌਜ ਮਰ ਜੇ ਦੁੱਖ ਤਾਂ ਹੁੰਦਾ ਹੀ ਹੈ। ਭੀਮ ਚੰਦ ਬੜਾ ਦੁਖੀ ਹੋ ਰਿਹਾ, ਉਸ ਘੜੀ ਨੂੰ ਬੜਾ ਬੁਰਾ ਭਲਾ ਕਹਿ ਰਿਹਾ ਜਿਸ ਘੜੀ ਵਿੱਚ ਫੌਜਾਂ ਲੈ ਕੇ ਆਇਆ ਸੀਗਾ। ਹਾਂਜੀ, ਕਸ਼ੂਕ ਖਾਨ ਪਾਨ ਕਹਿ ਰਹਿਓ ਪ੍ਰਿਅੰਕ ਸੋਏ ਕਹਿ। ਥੋੜ੍ਹਾ ਬਹੁਤਾ ਖਾਧਾ ਪਰ ਚਿੰਤਾ ਬੜੀ ਵੱਡੀ ਲੱਗ ਗਈ, ਫਿਰ ਆਰਾਮ ਕਰਨ ਲੱਗ ਪਿਆ ਭੀਮ ਚੰਦ। ਦੋ ਦਿਨ ਇਸ ਤਰੀਕੇ ਨਾਲ ਬੜਾ ਭਿਆਨਕ ਜੰਗ ਚੱਲਿਆ ਜੀ। ਹਾਂਜੀ, ਦੋਹਰਾ ਸ੍ਰੀ ਅਜੀਤ ਸਿੰਘ ਜੀਤ ਲੇ ਘਾਇਲ ਸਕਲ ਸੰਭਾਲ। ਉੱਧਰ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜਿੱਤ ਪ੍ਰਾਪਤ ਕਰਕੇ, ਉਮਰ ਛੋਟੀ ਸੀਗੀ ਅਤੇ ਛੋਟੀ ਉਮਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੀ ਜਿੱਤ ਜਿਹੜੀ ਉਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਪ੍ਰਾਪਤ ਕੀਤੀ ਸੀਗੀ ਜੀ, ਸਭ ਤੋਂ ਵੱਡੀ ਜਿੱਤ। ਘਾਇਲਾਂ ਨੂੰ ਜ਼ਖਮੀਆਂ ਨੂੰ ਸੰਭਾਲਿਆ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਨਾਲ ਲੱਗ ਕੇ। ਉਮਰ ਛੋਟੀ ਹੈ ਪਰ ਬਾਬਾ ਅਜੀਤ ਸਿੰਘ ਸਾਹਿਬ ਗੱਲਬਾਤ ਐਂ ਕਰਦੇ ਜਿਵੇਂ ਬੜਾ ਵੱਡਾ ਜਰਨੈਲ ਗੱਲਬਾਤ ਕਰਦਾ ਹੈ ਜੀ। ਹਾਂਜੀ, ਪਿੱਤ ਸਮੀਪ ਆਵਤ ਭਏ ਭੰਨਿਓ ਜੰਗ ਅਹਿਵਾਲ। ਅਤੇ ਆਪਣੇ ਪਿਤਾ ਸਤਿਗੁਰੂ ਜੀ ਦੇ ਕੋਲ ਆਏ ਜੀ, ਆ ਕੇ ਜੰਗ ਦਾ ਸਾਰਾ ਹਾਲ ਦੱਸਿਆ। ਜੋ ਅੱਜ ਸਾਰੀ ਦਿਹਾੜੀ ਜੰਗ ਹੋਇਆ ਉਹ ਬਾਬਾ ਜੀ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੱਸਣ ਲੱਗੇ ਆ। ਹਾਂਜੀ, ਉਦੈ ਸਿੰਘ ਆਲਮ ਸਿੰਘ ਦੋਉ। ਉੱਧਰੋਂ ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਕੁਸ਼ਕ ਖਾਏ ਕਹਿ ਕਹਿ ਤਨ ਸੋਉ। ਉਹ ਵੀ ਕੁਝ ਜਿਨ੍ਹਾਂ ਦੇ ਸਰੀਰ ਨੂੰ ਕੁਝ ਜ਼ਖਮ ਹੋਏ ਸਨ, ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਦੇ ਸਰੀਰਾਂ ਨੂੰ ਕਿਰਪਾਨਾਂ ਵੱਜੀਆਂ ਸਨ, ਜ਼ਖਮ ਹੋਏ ਸਨ। ਹਾਂਜੀ, ਅਪਰ ਸਿੰਘ ਕੇਤਕ ਮਰ ਗਏ ਸੁਰ ਪਰ ਵਸੇ ਭੋਗ ਸੁਖ ਲਏ। ਤੇ ਸਾਧ ਸੰਗਤ ਹੋਰ ਗੁਰੂ ਕੇ ਸਿੰਘ ਜਿਹੜੇ ਸ਼ਹੀਦ ਹੋਏ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਖੁੱਲ੍ਹੇ ਦਰਵਾਜ਼ੇ ਸੱਚਖੰਡ ਵਿੱਚ ਪਹੁੰਚ ਗਏ। ਪਹੁੰਚੇ ਗੁਰ ਸੁੱਤ ਸੰਗ ਹਜ਼ੂਰ। ਭਾਈ ਉਦੈ ਸਿੰਘ ਅਤੇ ਭਾਈ ਆਲਮ ਸਿੰਘ ਉਹ ਵੀ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪਾਸ ਆਏ ਹਨ। ਸ਼੍ਰੋਣਤ ਲਿਪਤ ਭਇਓ ਪਟ ਸੂਰ। ਸੱਚ ਕੇ ਆਖੋ ਕੈਸਾ ਦ੍ਰਿਸ਼ ਹੋਏਗਾ, ਕੱਪੜੇ ਖੂਨ ਨਾਲ ਭਰੇ ਨੇ, ਕਿਉਂ ਜੰਗ ਕਰਕੇ ਆਏ ਨੇ, ਜੰਗ ਕਰਕੇ ਆਏ ਨੇ, ਜ਼ਖਮ ਹੋਏ ਨੇ, ਕੱਪੜੇ ਲਹੂ ਨਾਲ ਭਰੇ ਨੇ,
ਪਰ ਆਪਣੇ ਮਾਲਕ ਮੁਰਸ਼ਦ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਫਿਰ ਵੀ ਨਮਸਕਾਰ ਕਰਨ ਆਏ ਨੇ ਜੀ। ਕਿੰਨਾ ਉਹਨਾਂ ਦੇ ਅੰਦਰ ਚਾਅ ਹੋਏਗਾ ਵੀ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਦੱਸੀਏ। ਰਾਤ ਦਾ ਸਮਾਂ ਹੈ, ਮਸ਼ਾਲਾਂ ਜਗ ਰਹੀਆਂ ਨੇ, ਕਲਗੀਧਰ ਆਪਣੇ ਆਸਣ 'ਤੇ ਬੈਠੇ ਨੇ, ਇੱਕ ਬੰਨੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਹੱਥ ਜੋੜ ਕੇ ਖਲੋਤੇ ਨੇ, ਦੂਜੇ ਪਾਸੇ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਖੂਨ ਨਾਲ ਲਿਬੜੇ ਕੱਪੜੇ, ਉਹ ਵੀ ਸਤਿਗੁਰੂ ਜੀ ਦੀ ਹਜ਼ੂਰ ਹਾਜ਼ਰ ਹੋਏ। ਆਲਮ ਸਿੰਘ ਭੰਨਿਓ ਅਹਿਵਾਲਾ, ਭਾਈ ਆਲਮ ਸਿੰਘ ਹੱਥ ਜੋੜ ਕੇ ਹੁਣ ਸਤਿਗੁਰੂ ਗਰੀਬ ਨਿਵਾਜ ਜੀ ਨੂੰ ਜੰਗ ਦਾ ਹਾਲ ਸੁਣਾਉਣ ਲੱਗੇ। ਪ੍ਰਭ ਜੀ ਸੰਘਰ ਭਇਓ ਬਿਸਾਲਾ, ਮੇਰੇ ਪ੍ਰਭੂ ਜੀ, ਸਤਿਗੁਰੂ ਜੀ, ਰੱਬ ਜੀ, ਪਰਮੇਸ਼ਰ ਜੀ, ਮਹਾਰਾਜ, ਅੱਜ ਬੜਾ ਭਿਆਨਕ ਜੰਗ ਹੋਇਆ ਮਹਾਰਾਜ। ਹਾਂਜੀ, ਸ੍ਰੀ ਅਜੀਤ ਸਿੰਘ ਕਰਿਓ ਕਮਾਂਡ, ਬਾਣ ਪ੍ਰਚੰਡ ਸੋ ਤੂਰਨ ਛੰਡ। ਪਰ ਮਹਾਰਾਜ ਵੇਖੋ, ਬਾਬਾ ਭਾਈ ਆਲਮ ਸਿੰਘ ਜੀ ਦੀ ਨਿਮਰਤਾ ਇਹ ਨਹੀਂ ਵੀ ਆਪਣੇ ਸੂਰਮਤਾਈ ਦੇ ਸੋਹਲੇ ਸਤਿਗੁਰੂ ਜੀ ਦੇ ਚਰਨਾਂ 'ਚ ਗਾਉਣ ਲੱਗ ਪਏ ਵੀ ਮਹਾਰਾਜ ਅਸੀਂ ਬੜੇ ਵਾਰ ਕੀਤੇ, ਮਹਾਰਾਜ ਅਸੀਂ ਵੀ ਬੜੀਆਂ ਫੌਜਾਂ ਮਾਰੀਆਂ, ਸਾਨੂੰ ਮੌਕਾ ਲੱਗੇ ਤਾਂ ਪਹਿਲਾਂ ਆਪਣਾ ਹੀ ਰੱਖਿਆ ਹੁੰਦਾ ਜੀ ਸਭ ਕਿਤਾਬ। ਅਸੀਂ ਕੱਲ੍ਹ ਗਏ ਅਤੇ ਵੇਖਿਆ ਜੀ, ਇੱਕ ਆਏ ਪ੍ਰਚਾਰਕ ਖਵਾਉਂਦੇ, ਉਹਨਾਂ ਆਪਣੇ ਲੱਗਣ ਤੋਂ ਪਹਿਲਾਂ ਆਪਣਾ ਬੰਦਾ ਲਾਇਆ ਜੀ ਇੱਕ, ਉਹ 5 ਮਿੰਟ ਉਹਨਾਂ ਦੀ ਤਾਰੀਫ ਹੀ ਕਰਦਾ ਰਿਹਾ ਵੀ ਇਹ ਹਸਪਤਾਲ ਚਲਾ ਰਹੇ ਨੇ, ਇਹ ਯੇ ਚਲਾ ਰਹੇ, ਇਹ ਵੋ ਚਲਾ ਰਹੇ ਨੇ, ਉਹ ਆਪਣੀ ਪ੍ਰਸ਼ੰਸਾ ਹੀ ਸਤਿਗੁਰੂ ਜੀ ਦੀ ਹਾਜ਼ਰੀ 'ਚ ਕਰਾਈ ਗਏ ਜੀ। ਹੁਣ ਇੱਥੇ ਕੀ ਆਖਾਂਗੇ ਅਸੀਂ ਜੀ, ਭਾਈ ਆਲਮ ਸਿੰਘ ਜੀ ਨੇ ਕਿਤੇ ਆਪਣੀ ਪ੍ਰਸ਼ੰਸਾ ਨਹੀਂ ਕੀਤੀ, ਮਹਾਰਾਜ ਅਸੀਂ ਬੜੇ ਜੰਗ ਦੇ ਵਿੱਚ ਜੌਹਰ ਵਿਖਾਏ, ਭਾਈ ਆਲਮ ਸਿੰਘ ਜੀ ਨੇ ਆਉਂਦਿਆਂ ਹੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਪ੍ਰਸ਼ੰਸਾ ਆਰੰਭ ਕਰ ਦਿੱਤੀ। ਹਾਂਜੀ, ਬਚਿੱਤਰ ਸ਼ਸਤਰ ਮਹਿ ਧਰ ਧੀਰਜ, ਹਤੇ ਬਹੁਤ ਕਰ ਕਰ ਨਿਜ ਬੀਰਜ। ਮਹਾਰਾਜ ਸ਼੍ਰੀ ਅਜੀਤ ਸਿੰਘ ਜੀ ਕਰਿਓ ਕਮੰਡ, ਬਾਣ ਪ੍ਰਚੰਡ ਸੋ ਤੂਰਨ ਛੰਡ। ਸੱਚੇ ਪਾਤਸ਼ਾਹ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਨੇ ਬੜਾ ਘਮਸਾਣ ਦਾ ਅੱਜ ਜੰਗ ਕੀਤਾ ਮਹਾਰਾਜ, ਬੜੇ ਮਹਾਰਾਜ ਖਿੱਚ ਖਿੱਚ ਕੇ ਤੀਰ ਛੱਡਦੇ ਰਹੇ ਹਨ। ਬਚਿੱਤਰ ਵਿਚਰਤ ਛਤਰਨ ਮਹਿ ਧਰ ਧੀਰਜ, ਮਹਾਰਾਜ ਬੜਾ ਧੀਰਜ ਧਰ ਕੇ, ਬੜਾ ਆਪਣੇ ਆਪ 'ਤੇ ਧੀਰਜ ਧਾਰ ਕੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਅੱਜ ਜੰਗ ਦੇ ਮੈਦਾਨ ਵਿੱਚ ਵਿਚਰੇ ਹਨ। ਹਤੇ ਬਹੁਤ ਕਰ ਕਰ ਨਿਜ ਬੀਰਜ, ਇਹ ਮਹਾਰਾਜ ਅੱਜ ਬਹੁਤ ਸਾਰੇ ਵੈਰੀਆਂ ਦਾ ਨਾਸ ਕਰਕੇ ਜਿਹੜੇ ਰਹਿੰਦੇ ਖੁੰਦੇ ਸਨ ਮਹਾਰਾਜ, ਉਹ ਸਾਹਿਬਜ਼ਾਦਾ ਜੀ ਨੇ ਵਾਪਸ ਉਵੇਂ ਹੀ ਭਜਾ ਦਿੱਤੇ ਹਨ। ਸੱਚੇ ਪਾਤਸ਼ਾਹ ਆਪਣੀ ਨਹੀਂ ਪ੍ਰਸ਼ੰਸਾ ਕੀਤੀ ਭਾਈ ਆਲਮ ਸਿੰਘ ਜੀ ਨੇ, ਆਪਣਾ ਵੀ ਕੱਪੜੇ ਉਵੇਂ ਲੱਥ ਪੱਤ ਨੇ, ਆਪਣੇ ਕੱਪੜਿਆਂ ਨੂੰ ਵੀ ਖੂਨ ਲੱਗਾ, ਪਰ ਕਿਤੇ ਵੀ ਆਪਣੇ ਬਾਰੇ ਨਹੀਂ ਆਖਿਆ ਵੀ ਅਸੀਂ ਵੀ ਮਹਾਰਾਜ ਬੜੇ ਕਮਾਲ ਕੀਤੇ ਨੇ। ਹਾਂਜੀ, ਲੱਗੀ ਤੁਫੰਗ ਤੁਰੰਗਮ ਗਿਰਿਓ, ਮਹਾਰਾਜ ਬਾਬਾ ਜੀ ਸਾਹਿਬਜ਼ਾਦਾ ਜੀ ਦੇ ਘੋੜੇ ਨੂੰ ਮਹਾਰਾਜ ਗੋਲੀ ਵੀ ਲੱਗੀ ਸੀਗੀ। ਹਾਂਜੀ, ਉਤਰਿਓ ਹੋਏ ਸੁਚੇਤ ਤਰ ਖਰਿਓ, ਮਹਾਰਾਜ ਘੋੜਾ ਤੇ ਡਿੱਗ ਗਿਆ ਪਰ ਸਾਹਿਬਜ਼ਾਦਾ ਜੀ ਇੰਨੇ ਫੁਰਤੀਲੇ ਨੇ, ਮਹਾਰਾਜ ਇਹ ਨਹੀਂ ਡਿੱਗੇ, ਇਹਨਾਂ ਆਪਣੇ ਸਰੀਰ ਨੂੰ ਉਸੇ ਸਮੇਂ ਸਾਂਭ ਲਿਆ। ਹੁਣ ਵੇਖੋ ਕਿੰਨਾ ਫੁਰਤੀਲਾ ਹੋਏਗਾ ਸਾਹਿਬਜ਼ਾਦਾ ਜੀ ਦਾ ਸਰੀਰ, ਰੱਜ ਕੇ ਆਖੋ ਵਾਹਿਗੁਰੂ। ਇੱਥੇ ਕਹਿ ਦਈਏ ਨਾ ਉੱਠ ਕੇ ਖਲੋਵੋ, ਅਤੇ ਖਲੋਂਦਿਆਂ ਖਲੋਂਦਿਆਂ ਹੀ ਅੱਧਾ ਘੰਟਾ ਬੰਦਾ ਲਾ ਦਿੰਦਾ ਖੜ੍ਹੇ ਹੁੰਦਿਆਂ ਹੁੰਦਿਆਂ ਹੀ। ਚਲੋ ਬਜ਼ੁਰਗ ਹੋਵੇ ਉਹਦੀ ਗੱਲ ਵੱਖਰੀ, ਨੌਜਵਾਨ ਵੀ ਸਮਾਂ ਲਾਵੇ ਤਾਂ ਗੱਲ ਢਿੱਲੀ ਹੈ ਨਾ, ਫਿਰ ਬਜ਼ੁਰਗ ਦੀ ਤਾਂ ਖੈਰ ਹੈ ਅਤੇ ਨੌਜਵਾਨ ਵੀ ਖਲੋਂਦਾ ਖਲੋਂਦਾ ਅੱਧਾ ਘੰਟਾ ਲਾ ਦੇ। ਭਾਈ ਆਲਮ ਸਿੰਘ ਜੀ ਦੱਸਣ ਦੇ, ਮਹਾਰਾਜ ਘੋੜਾ ਜਦੋਂ ਡਿੱਗਿਆ ਅਤੇ ਸਾਹਿਬਜ਼ਾਦਾ ਦੀ ਤੁਰੰਤ ਸਾਵਧਾਨ ਹੋਏ, ਮਹਾਰਾਜ ਉਹ ਆਪ ਨਹੀਂ ਡਿੱਗੇ, ਆਪਣੇ ਸਰੀਰ ਨੂੰ ਉਸੇ ਸਮੇਂ ਘੋੜੇ ਤੋਂ ਵੱਖ ਕੀਤਾ ਇਹਨਾਂ ਨੇ। ਹਾਂਜੀ, ਪਹੁੰਚ ਦਾਸ ਨੇ ਦੂਸਰ ਦੀਨ, ਅਤੇ ਮਹਾਰਾਜ ਇੱਕ ਸਿੱਖ ਸੇਵਕ ਨੇ ਮਹਾਰਾਜ ਦੂਜਾ ਘੋੜਾ ਦਿੱਤਾ ਆ ਕੇ। ਅੱਛਾ, ਇਹ ਨਹੀਂ ਦੱਸਿਆ ਵੀ ਉਹ ਸਿੱਖ ਸੇਵਕ ਮੈਂ ਹੀ ਸਾਂ, ਅੱਜ ਕੇ ਆਖੋ, ਇਹ ਦੱਸਿਆ ਵੀ ਇੱਕ ਸਿੱਖ ਨੇ ਮਹਾਰਾਜ
ਆ ਕੇ ਇੱਕ ਦਾਸ ਨੇ ਸੇਵਕ ਨੇ ਘੋੜਾ ਦੇ ਦਿੱਤਾ। ਪਏ ਅਰੋਹਨ ਜੁੱਧ ਪ੍ਰਵੀਨ ਤੇ ਸਾਹਿਬਜ਼ਾਦਾ ਜੀ ਮੁੜ ਜੰਗ ਕਰਨ ਲੱਗ ਪਏ ਘੋੜੇ ਤੇ ਸੱਜ ਕੇ। ਹਾਂਜੀ, ਤੁਮ ਪ੍ਰਤਾਪ ਬਲ ਤੇ ਬਹੁ ਸਿੰਘ। ਸਤਿਗੁਰੂ, ਤੁਹਾਡੇ ਪ੍ਰਤਾਪ ਕਰਕੇ, ਤੁਹਾਡੇ ਬਲ ਕਰਕੇ ਬੜੇ ਸਿੰਘਾਂ ਨੇ ਮਹਾਰਾਜ ਅੱਜ ਜੰਗ ਕੀਤਾ। ਕਨੇ ਮਾਰ ਮ੍ਰਿਗ ਰਿਪ ਬਨ ਸਿੰਘ। ਮਹਾਰਾਜ, ਸੱਚੇ ਪਾਤਸ਼ਾਹ, ਸ਼ੇਰ ਆਵੇ ਤੇ ਹਿਰਨ ਭੱਜ ਜਾਂਦੇ ਨੇ, ਪਿੱਛੇ ਨੀ ਮੂੰਹ ਕਰਦੇ। ਮਹਾਰਾਜ ਐਵੇਂ ਪਹਾੜੀ ਸਿੰਘਾਂ ਨੂੰ ਵੇਖ ਕੇ ਮਰ ਭੱਜ ਹੀ ਗਏ ਨੇ ਸਾਰੇ। ਹਾਂਜੀ, ਕਾਇਲ ਆਜ ਭਏ ਬਹੁ ਤੇਰੇ, ਖੜਗ ਪ੍ਰਹਾਰ ਪ੍ਰਹਾਰ ਕਨੇਰੇ। ਮਹਾਰਾਜ, ਅੱਜ ਗੁਰੂ ਕੇ ਸਿੰਘ ਕਾਇਲ ਵੀ ਬੜੇ ਹੋਏ ਨੇ। ਮਹਾਰਾਜ, ਅੱਜ ਸਾਰੀ ਦਿਹਾੜੀ ਇਹਨਾਂ ਨੇ ਤਲਵਾਰਾਂ ਸ੍ਰੀ ਸਾਹਿਬਾਂ ਖੜਗਾਂ ਚਲਾਈਆਂ ਨੇ। ਹਾਂਜੀ, ਐਸੀ ਕਟਾ ਭਈ ਅਜ ਹੇਰਤ, ਜਿਮ ਖਾਤੀ ਬੜ ਬਨ ਕੋ ਗੇਰਤ। ਸ਼੍ਰਮਤ ਸਿੰਘ ਘਾਇਲ ਗਨ ਲਖੀਐ, ਕਿਰਪਾ ਦ੍ਰਿਸ਼ਟ ਇਨ ਕੀ ਦਿਸ਼ ਪਿਖੀਐ। ਮਹਾਰਾਜ, ਅੱਜ ਤੇ ਮੈਦਾਨ ਦਾ ਪਤਾ ਕੀ ਹਾਲ ਹੈ, ਜਿਵੇਂ ਮਾਲੀ ਨੇ ਜੰਗਲ ਵਿੱਚ ਰੁੱਖ ਵੱਢੇ ਹੋਣ ਤੇ ਕਾਂਟ ਛਾਂਟ ਕੀਤੀ ਹੋਏ, ਖਲੇਰਾ ਪਿਆ ਹੁੰਦਾ ਹੈ। ਮਹਾਰਾਜ, ਉਵੇਂ ਖਲੇਰਾ ਪਿਆ ਉੱਥੇ ਮੈਦਾਨ 'ਚ। ਅਤੇ ਸੱਚੇ ਪਾਤਸ਼ਾਹ, ਜਿਹੜੇ ਘਾਇਲ ਸਿੰਘ ਨੇ ਜ਼ਖਮੀ ਹੋ ਚੁੱਕੇ ਨੇ, ਮਹਾਰਾਜ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਹੁਣ ਸਤਿਗੁਰੂ ਇੱਕ ਵਾਰੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਵੱਲ ਵੀ ਤੱਕੋ ਮਹਾਰਾਜ, ਉਹਨਾਂ ਵੱਲ ਵੀ ਵੇਖੋ। ਹਾਂਜੀ, ਸਾਲ ਪੱਤਰ ਸਭ ਕੋ ਬਖਸ਼ੀਜੈ। ਮਹਾਰਾਜ, ਸਾਰਿਆਂ ਨੂੰ ਸਾਲ ਪੱਤਰ ਆਪਣੇ ਹੱਥੀਂ ਬਖਸ਼ਿਸ਼ ਕਰਨਾ ਕਰੋ। ਪੀਰ ਸਰੀਰ ਦੂਰ ਕਰ ਦੀਜੈ। ਮਹਾਰਾਜ, ਸਿੰਘਾਂ ਦੇ ਸਰੀਰਾਂ ਨੂੰ ਮਹਾਰਾਜ ਜ਼ਖਮ ਵੀ ਹੋਏ ਨੇ, ਹੁਣ ਕਿਰਪਾ ਦ੍ਰਿਸ਼ਟੀ ਪਾਓ, ਮਿਹਰ ਦੀ ਦ੍ਰਿਸ਼ਟੀ ਪਾਓ, ਅਤੇ ਮਹਾਰਾਜ ਸਿੰਘਾਂ ਦੇ ਸਰੀਰਾਂ ਦੀ ਜਿਹੜੀ ਪੀੜ ਹੈ ਉਹ ਦੂਰ ਕਰ ਦਿਓ। ਹੋਤ ਭਰਾਤ ਲਗ ਮੇਲੋ ਘਾਊ, ਉੱਠੈ ਲਰੈ ਕਰ ਕਰ ਚਿਤ ਚਾਉ। ਮਹਾਰਾਜ, ਐਸੀ ਕਿਰਪਾ ਕਰ ਦਿਓ, ਸਵੇਰ ਹੋਣ ਤੱਕ ਮਹਾਰਾਜ ਜਿਹੜੇ ਜ਼ਖਮ ਫੱਟ ਡੂੰਘੇ ਪੈ ਗਏ ਨੇ ਨਾ, ਸਵੇਰ ਹੋਣ ਤੱਕ ਉਹ ਜ਼ਖਮ ਫੱਟ ਸਾਰੇ ਭਰ ਜਾਣ। ਮਹਾਰਾਜ ਅੱਜ ਕੇ ਆਖੋ ਵਾਹਿਗੁਰੂ, ਜਦੋਂ ਫੱਟ ਪੈ ਜਾਂਦਾ, ਚੀਰਾ ਪੈ ਜਾਂਦਾ ਡੂੰਘਾ, ਉਹ ਭਰਦਿਆਂ ਸਮਾਂ ਲਾਉਂਦਾ ਜੀ। ਪਰ ਭਾਈ ਆਲਮ ਸਿੰਘ ਜੀ ਨੂੰ ਆਪਣੇ ਸਤਿਗੁਰੂ ਜੀ ਦੀ ਕਿਰਪਾ 'ਤੇ ਵੀ ਬੜਾ ਭਰੋਸਾ ਹੈ। ਜੇ ਮਹਾਰਾਜ ਇਹਨਾਂ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖ ਲੈਣ, ਤਾਂ ਇਹਨਾਂ ਦਾ ਜ਼ਖਮ ਰਾਤੋ ਰਾਤ ਹੀ ਭਰ ਜਾਏਗਾ। ਮਹਾਰਾਜ ਕਿਰਪਾ ਕਰੋ, ਇਹਨਾਂ ਦੇ ਜ਼ਖਮ ਜਿਹੜੇ ਨੇ ਰਾਤੋ ਰਾਤ ਹੀ ਭਰ ਜਾਣ ਫੱਟ। ਹਾਂਜੀ, ਰਾਵਰ ਬਲ ਅਲੰਬ ਕੋ ਪਾਈ। ਕਿਉਂ? ਸਤਿਗੁਰੂ, ਸਾਨੂੰ ਗਰੀਬਾਂ ਨੂੰ ਮਹਾਰਾਜ ਆਪ ਜੀ ਦਾ ਹੀ ਤਾਂ ਆਸਰਾ ਹੈ। ਸਾਡੇ ਤਾਂ ਵੈਦ ਵੀ ਤੁਸੀਂ, ਸਾਡੇ ਸਤਿਗੁਰੂ ਵੀ ਤੁਸੀਂ, ਸਾਡੇ ਮਾਲਕ ਵੀ ਤੁਸੀਂ, ਮਹਾਰਾਜ ਸਾਡਾ ਸਾਰਾ ਕੁਝ ਹੀ ਤੁਸੀਂ ਹੋ। ਹਾਂਜੀ, ਗਿਰਨਾਰ ਦਿਨ ਪ੍ਰਤ ਦੇਹ ਖਪਾਈ। ਮਹਾਰਾਜ, ਤਾਂ ਕਿ ਮਹਾਰਾਜ ਸਿੰਘਾਂ 'ਤੇ ਦ੍ਰਿਸ਼ਟੀ ਪਾਓ, ਸਿੰਘ ਤਿਆਰ ਪਰ ਤਿਆਰ ਹੋ ਜਾਣ, ਜੰਗ ਵਿੱਚ ਹੋਏ ਜ਼ਖਮਾਂ ਦੀ ਦਰਦ ਹੀ ਨਾ ਹੋਵੇ, ਮਹਿਸੂਸ ਹੀ ਨਾ ਹੋਵੇ, ਤਾਂ ਕਿ ਇਸੇ ਤਰ੍ਹਾਂ ਦੁਸ਼ਟਾਂ ਨੂੰ ਗੁਰੂ ਕਾ ਖਾਲਸਾ ਖਪਾਉਂਦਾ ਰਹੇ। ਸੁਣ ਸਤਿਗੁਰ ਸਭ ਦੇਖਣ ਕਰੇ। ਅੱਜ ਕੇ ਆਖੋ, ਕੁਝ ਮੂਰਤੀਆਂ 'ਚ ਸਨ ਸਿੰਘ, ਕੋਈ ਜ਼ਖਮੀ ਸਨ, ਮੰਜੇ 'ਤੇ ਲੰਮੇ ਪਏ ਸਨ, ਇੰਨੀ ਵੱਡੀ ਫੌਜ ਨੂੰ ਭਜਾਇਆ ਹੈ, ਅਤੇ ਸਾਧ ਸੰਗਤ ਕਈ ਮਹਾਰਾਜ ਦੀ ਹਾਜ਼ਰੀ 'ਚ ਸਨ। ਜਿਹੜੇ ਹਾਜ਼ਰੀ 'ਚ ਆ ਗਏ ਨਾ, ਮਹਾਰਾਜ ਕਹਿੰਦੇ ਸਿੰਘੋ ਚਲੋ ਸਿੰਘਾਂ ਦੇ ਆਸਣਾਂ 'ਤੇ ਜਾ ਕੇ ਉਹਨਾਂ ਦੇ ਸਰੀਰ ਵੇਖੀਏ। ਮਹਾਰਾਜ ਕਹਿੰਦੇ ਉਹਨਾਂ ਦੇ ਜ਼ਖਮ ਵੇਖੀਏ, ਜਿੱਥੇ ਜਿੱਥੇ ਜਿਹੜਾ ਜਿਹੜਾ ਮੰਜੇ 'ਤੇ ਪਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਉੱਥੇ ਉਹਦੇ ਕੋਲ ਜਾ ਕੇ ਖਲੋ ਕੇ ਉਹਦਾ ਸਰੀਰ ਵੇਖਣ ਦੇ ਦਿੰਦੀ ਹੈ। ਅਤੇ ਜਿੱਦਾਂ ਦ੍ਰਿਸ਼ਟੀ ਪਾਤੀ ਨਾ ਮਹਾਰਾਜ ਨੇ, ਨਾਲੇ ਸਾਲ ਪੱਤਰ ਆਪਣੇ ਹੱਥੀਂ ਦਿੱਤਾ, ਉਹ ਬੰਨ ਦਿੰਦੇ ਸੀ ਜ਼ਖਮ ਨੂੰ, ਅਤੇ ਨਾਲੇ ਮਹਾਰਾਜ ਦ੍ਰਿਸ਼ਟੀ ਪਾ ਦਿੰਦੇ। ਸਵੇਰੇ ਭਾਵੇਂ ਰਾਤੀ ਰਾਤ ਤੱਕ ਜਿੰਨਾ ਮਰਜ਼ੀ ਡੂੰਘਾ ਫੱਟ ਹੁੰਦਾ ਸੀਗਾ, ਸਵੇਰੇ ਐਂ ਉਹ ਭਰ ਜਾਂਦਾ ਸੀਗਾ ਜੀ, ਜੁੜ ਜਾਂਦਾ ਸੀਗਾ। ਹਾਂਜੀ, ਉਦੇ ਸਿੰਘ ਦੇਸ਼ ਸਨਮੁਖ ਖਰੇ। ਅਤੇ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਇਸ ਤਰ੍ਹਾਂ ਜਾ ਕੇ ਵੇਖਿਆ, ਅਤੇ ਭਾਈ ਉਦੇ ਸਿੰਘ ਜੀ ਉਵੇਂ ਖੂਨ ਦੇ ਨਾਲ ਕੱਪੜੇ ਭਿੱਜੇ ਹੋਏ ਨੇ, ਮਹਾਰਾਜ ਦੇ ਨਾਲ ਉਵੇਂ ਹੀ ਤੁਰੇ ਜਾਣ। ਮਹਾਰਾਜ ਨੇ ਭਾਈ ਉਦੇ ਸਿੰਘ ਜੀ ਵੱਲ ਵੀ ਵੇਖਿਆ। ਸਾਲ ਪੱਤਰ ਲੈ ਸਭ ਤਨ ਲਾਇਵ, ਕੱਜ ਕੇ ਆਖੋ ਵਾਹਿਗੁਰੂ। ਉਦੇ ਸਿੰਘ ਜੀ ਨੂੰ ਜ਼ਖਮ ਬੜੇ ਲੱਗੇ ਸੀਗੇ, ਮਹਾਰਾਜ ਸਿੰਘਾਂ ਨੂੰ ਕਹਿੰਦੇ ਉਦੇ ਸਿੰਘ ਦਾ ਚੋਲਾ ਲਾਓ ਭਾਈ।
ਸਿੰਘਾਂ ਦਾ ਸਿੰਘਾਂ ਨੇ ਚੋਲਾ ਲਾ ਤਾਂ ਧਨੀਆਂ ਵਾਲਾ ਚੋਲਾ ਹੁੰਦਾ ਸੀਗਾ। ਮਹਾਰਾਜ ਸਿੰਘ ਨੂੰ ਕਹਿੰਦੇ ਸਾਲ ਪੱਤਰ ਸਾਨੂੰ ਦਿਓ। ਆਪ ਸਤਿਗੁਰੂ ਨੇ ਸਾਲ ਪੱਤਰ ਲੈ ਲਏ। ਭਾਈ ਉਦੇ ਸਿੰਘ ਜੀ ਨੂੰ ਮਹਾਰਾਜ ਨੇ ਮੰਜੀ 'ਤੇ ਬਿਠਾ ਕੇ ਨਾ ਆਪ ਆਪਣੇ ਹੱਥਾਂ ਨਾਲ ਉਹਨਾਂ ਦੇ ਸਰੀਰ 'ਤੇ ਸਾਲ ਪੱਤਰ ਲਾਏ ਜੀ। ਗੱਜ ਕੇ ਆਖੋ ਕਿੰਨਾ ਪਿਆਰ ਕਰਦੇ ਮਹਾਰਾਜ। ਮਹਾਰਾਜ ਨੇ ਆਪ ਭਾਈ ਉਦੇ ਸਿੰਘ ਜੀ ਦੇ ਸਰੀਰ 'ਤੇ ਸਾਲ ਪੱਤਰ ਲਾਏ। ਸਾਲ ਪੱਤਰ ਲੈ ਸਭ ਤਨ ਲਾਏਵ। ਹਾਂਜੀ ਕਾਇਨ ਤੇ ਗੁਲ ਕਾਨਿਕ ਸਾਹਿਬ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਛੋਟੀ ਸ੍ਰੀ ਸਾਹਿਬ ਲਈ ਤੇ ਭਾਈ ਉਦੇ ਸਿੰਘ ਜੀ ਦੇ ਸਰੀਰ ਵਿੱਚ ਜਿਹੜੀਆਂ ਗੋਲੀਆਂ ਵੱਜੀਆਂ ਸੀ ਨਾ ਸਤਿਗੁਰੂ ਨੇ ਆਪਣੇ ਹੱਥਾਂ ਨਾਲ ਬਾਹਰ ਕੱਢੀਆਂ ਜੀ ਉਹ ਗੋਲੀਆਂ। ਕਿੰਨਾ ਪਿਆਰ ਕੀਤਾ ਮਹਾਰਾਜ ਨੇ ਭਾਈ ਉਦੇ ਸਿੰਘ ਜੀ ਨਾਲ। ਇੱਕ ਵਾਰੀ ਪਿਆਰ ਨਾਲ ਹੱਥ ਜੋੜੋ, ਸਾਵਧਾਨ ਹੋ ਕੇ ਬੈਠੋ ਥੋੜ੍ਹਾ ਜਿਹਾ, ਐਂ ਢੋਲ ਢਾ ਕੇ ਤੇ ਹੱਥ ਜੋੜ ਕੇ ਆਖੋ ਧੰਨ ਭਾਈ ਉਦੇ ਸਿੰਘ ਜੀ, ਧੰਨ ਭਾਈ ਉਦੇ ਸਿੰਘ ਜੀ, ਧੰਨ ਭਾਈ ਉਦੇ ਸਿੰਘ ਜੀ। ਕਿੰਨੀ ਕਮਾਈ ਹੈ ਮਹਾਰਾਜ ਐ ਆਪਣੇ ਸਾਧ ਸੰਗਤ ਜੀ ਹੱਥਾਂ ਨਾਲ ਗੋਲੀਆਂ ਕੱਢੀਆਂ ਸਤਿਗੁਰੂ ਜੀ ਨੇ। ਹਾਂਜੀ ਕਿਰਪਾ ਦ੍ਰਿਸ਼ਟ ਤੇ ਪੀੜ ਨਾ ਹੋਈ। ਗੱਜ ਕੇ ਆਖੋ ਹੁਣ ਗੋਲੀ ਸਰੀਰ ਚੋਂ ਕੱਢਣੀ ਹੈ ਤੇ ਦਰਦ ਤੇ ਹੋਣੀ ਹੈ, ਪਰ ਜਦੋਂ ਮਹਾਰਾਜ ਨੇ ਉਦੇ ਸਿੰਘ ਜੀ ਦੇ ਸਰੀਰ 'ਚੋਂ ਐਂ ਬਾਹਾਂ ਵਾਲੇ ਪਾਸਿਓਂ ਇੱਥੇ ਲੱਤਾਂ 'ਚ ਵੀ ਗੋਲੀਆਂ ਲੱਗੀਆਂ ਸਨ, ਜੇ ਸੀਨੇ 'ਚ ਲੱਗਦੀ ਫਿਰ ਮ੍ਰਿਤਿਊ ਹੁੰਦੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਦੋਂ ਮਹਾਰਾਜ ਐਂ ਕੱਢ ਰਹੇ ਸਨ ਨਾ ਗੁਰੂ ਸਾਹਿਬ ਦੀ ਮਿਹਰ ਨਾਲ ਉਦੇ ਸਿੰਘ ਨੂੰ ਕੋਈ ਦਰਦ ਨਹੀਂ ਹੋਈ ਜੀ। ਦਰਦ ਹੋਵੇ ਵੀ ਕਿਵੇਂ, ਇੰਨੀ ਵੱਡੀ ਤਾਕਤ, ਇੰਨੀ ਵੱਡੀ ਪਾਵਰ, ਇੰਨੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ, ਮਹਾਰਾਜ ਆਪ ਆਪਣੇ ਹੱਥਾਂ ਨਾਲ ਗੋਲੀਆਂ ਕੱਢ ਰਹੇ ਨੇ ਅਤੇ ਮਹਾਰਾਜ ਦਰਦ ਮਹਿਸੂਸ ਹੋਣ ਦਿੰਦੇ ਨੇ ਕਿਤੇ ਜੀ। ਜਦੋਂ ਭਾਈ ਉਦੇ ਸਿੰਘ ਜੀ ਨੇ ਐਸਾ ਪਿਆਰ ਵੇਖਿਆ ਨਾ ਪਰਿਵਾਰ ਦਾ ਵੀ ਚੇਤਾ ਭੁੱਲ ਗਿਆ ਜੀ, ਕਿਉਂਕਿ ਮਾਂ ਪਿਓ ਵੀ ਪਿਆਰ ਕਰਦੇ ਕੋਈ ਸ਼ੱਕ ਨਹੀਂ, ਮਾਂ ਪਿਓ ਦਾ ਪਿਆਰ ਬਹੁਤ ਉੱਤਮ ਹੈ, ਪਰ ਖਾਲਸਾ ਜੀ ਜਦੋਂ ਕੋਈ ਗੁਰਮੁਖ ਕਿਸੇ ਨਾਲ ਪਿਆਰ ਕਰੇ ਨਾ ਉਹਦਾ ਪਿਆਰ ਫਿਰ ਉਹਦੇ ਤੋਂ ਵੀ ਉੱਤੇ ਹੋ ਜਾਂਦਾ ਹੈ ਜੀ। ਅਤੇ ਜਿਹਨੂੰ ਸਤਿਗੁਰੂ ਆਪਣੇ ਹੱਥਾਂ ਨਾਲ ਪਿਆਰ ਕਰਨ ਦੇ ਨੇ। ਹਾਂਜੀ ਮਿਲੇ ਘਾਵ ਸੁਖ ਲੈ ਸਭ ਕੋਈ। ਉਧਰੋਂ ਸਾਰੇ ਸਿੰਘਾਂ ਦੇ ਜ਼ਖਮਾਂ ਦਾ ਮਿਲਾਪ ਹੋ ਗਿਆ, ਸਾਰੇ ਸੁਖ ਨਾਲ ਸੌਂ ਗਏ। ਵਰਤੀ ਦੇਗ ਤੇ ਹਾਵਲ ਘਨੋ ਤੇ ਸਾਧ ਸੰਗਤ ਦੇਣ ਹੋਇਆ ਚੜਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਖੁੱਲਾ ਕੜਾਹ ਪ੍ਰਸ਼ਾਦ ਦੀ ਖੁੱਲੀ ਦੇਗ ਕਰਾਈ, ਲੰਗਰ ਚੱਲਿਆ। ਖਾਏ ਅਸਨ ਬਹੁ ਸਵਾਦਨ ਸਨੋ ਸਾਰਿਆਂ ਨੇ ਬੜੇ ਸਵਾਦਾਂ ਨਾਲ, ਸਿੰਘਾਂ ਨੂੰ ਜਿਵੇਂ ਭੁੱਲ ਹੀ ਗਿਆ ਵੀ ਰਾਤ ਕੱਲ੍ਹ ਜੰਗ ਲੜਿਆ ਜੀ। ਸਭ ਸਰੀਰ ਦੀਆਂ ਪੀੜਾਂ ਗੁਰੂ ਸਾਹਿਬ ਨੇ ਹਰ ਲਈਆਂ, ਸਭ ਦੂਰ ਕਰਤਾ। ਸਾਧ ਸੰਗਤ ਜੀ ਸਾਰੇ ਖੁਸ਼ੀਆਂ ਨਾਲ ਪ੍ਰਸ਼ਾਦੇ ਛਕ ਰਹੇ ਨੇ। ਲੇ ਗੁਰ ਖੁਸ਼ੀ ਸਕਲ ਪਰ ਸੋਏ ਸਾਰੇ ਖੁਸ਼ੀ ਹੈ, ਸਾਰਿਆਂ ਨੂੰ ਬੜਾ ਆਨੰਦ ਬਣਿਆ ਹੋਇਆ। ਹਾਂਜੀ ਜਿਤਕ ਮੋਰਚੇ ਮੈਂ ਥਿਰ ਗਏ ਸਾਧ ਸੰਗਤ, ਕੁਝ ਸਿੰਘ ਰਾਤ ਮੋਰਚਿਆਂ ਵਿੱਚ ਚਲੇ ਗਏ ਸਨ। ਹਾਂਜੀ ਸਾਵਧਾਨ ਹੈ ਜਾਗਤ ਰਹੇ, ਉਹ ਸਾਰੀ ਰਾਤ ਹੀ ਜਾਗਦੇ ਰਹੇ ਸਨ। ਛੁਟਤ ਤੁਫੰਗ ਦੋਹਨ ਦਿਸ਼ ਲਹੇ ਥੋੜੀਆਂ ਥੋੜੀਆਂ ਬੰਦੂਕਾਂ ਠਾ ਠਾ ਛੱਡੀ ਜਾਂਦੇ ਸੀਗੇ ਵੀ ਉਧਰ ਵੀ ਸਾਵਧਾਨਤਾ ਬਣੀ ਰਹੇ, ਉਧਰੋਂ ਉਹ ਵੀ ਛੱਡਦੇ ਸੀਗੇ। ਹੋਤ ਪ੍ਰਾਤ ਪੁਨ ਬਜੇ ਨਗਾਰੇ ਆਖੋ ਜਿੱਥੇ ਕੜਾਹ ਪ੍ਰਸ਼ਾਦ ਬਣਿਆ, ਪਹਿਲਾਂ ਰਾਤੀ ਵਰਤਿਆ ਲੰਗਰ ਕੜਾਹ ਪ੍ਰਸ਼ਾਦ, ਸਵੇਰੇ ਵੀ ਕੜਾਹ ਪ੍ਰਸ਼ਾਦ ਵਰਤਿਆ ਅਤੇ ਸਵੇਰੇ ਵੀ ਲੰਗਰ ਵਰਤਿਆ ਅਤੇ ਸਾਧ ਸੰਗਤ ਉੱਥੇ ਫਿਰ ਹੋਤ ਪ੍ਰਾਤ ਪੁਨ ਬਜੇ ਨਗਾਰੇ, ਦਿਨ ਚੜਿਆ ਜਿੱਤ ਦਾ ਨਗਾਰਾ, ਰਣਜੀਤ ਨਗਾਰਾ ਆਨੰਦਪੁਰ ਸਾਹਿਬ ਵਿੱਚ ਬਹੁਤ ਵੱਡੇ ਪੱਧਰ 'ਤੇ ਵਜਾਇਆ ਗਿਆ। ਸਤਿ ਸ੍ਰੀ ਅਕਾਲ। ਢੋਲਨ ਪਰ ਡੰਕੇ ਗਨ ਮਾਰੇ ਢੋਲ ਵਜਾਏ ਗਏ ਖੁਸ਼ੀ ਵਿੱਚ, ਨੌਬਤ ਬਜਤ ਆਨੰਦਪੁਰ ਭਾਵਤ। ਸਾਧ ਸੰਗਤ ਜੀ ਨੌਬਤ ਵੱਜ ਰਹੀ ਹੈ ਆਨੰਦਪੁਰ ਸਾਹਿਬ ਵਿੱਚ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਸੂਰਨ ਕੈ ਉਤਸ਼ਾਹ ਬੰਧਾਵਤ, ਸੂਰਮਿਆਂ ਨੂੰ ਹੋਰ ਉਤਸ਼ਾਹ ਆ ਰਿਹਾ ਹੈ। ਭਰ ਭਰ ਫੂਕਣ ਸੰਖ ਬਜਾਏ, ਫੂਕਾਂ ਭਰ ਭਰ ਕੇ ਸੰਖ ਬਜਾਏ ਜਾ ਰਹੇ ਹਨ। ਦੋਹੋਂ ਦਿਸ਼ ਆਪਣ ਬਿਖੈ ਸੁਣਾਏ, ਦੋਵੇਂ ਪਾਸੇ ਹੀ ਸਾਧ ਸੰਗਤ ਵਾਹਿਗੁਰੂ
ਇਧਰੋਂ ਆਨੰਦਪੁਰ ਸਾਹਿਬ ਵੱਜਦਾ ਰਣਜੀਤ ਨਗਾਰਾ ਅਤੇ ਸੰਖ, ਉਧਰੋਂ ਪਹਾੜੀ ਜਿਹੜੇ ਮੋਰਚਿਆਂ 'ਚ ਬੈਠੇ ਸਨ ਮੈਦਾਨ ਵਿੱਚ, ਅਤੇ ਜੰਗ ਕਰਨ ਦੀ ਤਾਕਤ ਰਹੀ ਨਹੀਂ ਸੀਗੀ, ਅਤੇ ਉਹ ਵੇਖ ਵੇਖ ਕੇ ਜਲਣ, ਅੱਜ ਕੇ ਆਖੋ ਉਹ ਵੇਖ ਵੇਖ ਕੇ ਉਹਨਾਂ ਨੂੰ ਈਰਖਾ ਵਿੱਚ ਆਵੇ ਵੀ ਅਤੇ ਖੁਸ਼ੀਆਂ ਮਨਾ ਰਹੇ ਨੇ। ਹਾਂਜੀ, ਡਫ ਸ਼ਹਿਨਾਈ ਬਜੇ ਕਰਨਾਈ, ਤੁਰੀਆਂ ਤੂਤੀਆਂ ਵਾਜੀਆਂ ਕੜਿਆਲ, ਇਹ ਸਾਰੇ ਖੁਸ਼ੀ ਵਿੱਚ ਗੁਰੂ ਕਾ ਖਾਲਸਾ ਵਜਾ ਰਿਹਾ ਹੈ। ਆਸਾ ਵਾਰ ਰਬਾਬੀ ਗਾਵੇ, ਰਬਾਬੀਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਰਾਗ ਰਾਗਨੀ ਤਾਨ ਬਸਾਵੇ, ਰਾਗ ਗਾਏ ਜਾ ਰਹੇ, ਰਾਗਣੀਆਂ ਗਾਈਆਂ ਜਾ ਰਹੀਆਂ, ਦੁੱਕੜ ਵੱਜ ਰਿਹਾ, ਚੁੱਲ੍ਹਾ ਤਪ ਰਿਹਾ। ਹਿੰਦੂ ਧਰਮ ਕੋ ਗੁਰੂ ਅਲੰਬ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸਭ ਦਾ ਹੀ ਆਸਰਾ ਹਨ। ਗੱਜ ਕੇ ਆਖੋ ਸਿੱਖਾਂ ਦੇ ਮਹਾਰਾਜ, ਹਿੰਦੂ ਵੀਰਾਂ ਦੇ ਵੀ ਆਸਰੇ ਨੇ, ਸਤਿਗੁਰੂ ਜੀ ਹੈ ਤੇ ਤੁਰਕਾਂ ਦੇ ਵੀ ਆਸਰੇ ਹੀ ਨੇ, ਬਸ ਜੰਗ ਤਾਂ ਉਹਨਾਂ ਨਾਲ ਕਰਦੇ ਸੀ ਜਿਹੜੇ ਦੁਸ਼ਟਤਾ ਹੀ ਕਰਦੇ ਸਨ। ਦੁਆਰੇ ਮੰਗਲ ਹੋਤ ਕੁਦੰਬ, ਇਸ ਤਰੀਕੇ ਨਾਲ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਤੇ ਫਿਰ ਮੰਗਲ ਹੋਣਾ ਸ਼ੁਰੂ ਹੋ ਗਿਆ। ਗੁਰੂ ਘਰ 'ਤੇ ਫਿਰ ਕੀ ਸਦਾ ਹੀ ਮੰਗਲ ਹੈ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਾਰ। ਸੋ ਇਸ ਤਰੀਕੇ ਨਾਲ ਅੱਧੀ ਕੁ ਜੰਗ 'ਤੇ ਜਿੱਤੀ ਗਈ ਹੈ, ਉਹ ਵਾਪਸ ਭਜਾ ਦਿੱਤੇ। ਹੁਣ ਕਿਹੜੀਆਂ ਫੌਜਾਂ ਜਿਹੜੇ ਮੋਰਚਿਆਂ 'ਚ ਨੇ ਘੇਰਾ ਪਾ ਕੇ ਰੱਖਿਆ, ਉਹ ਨੇ ਸਾਹਮਣੇ ਨਹੀਂ ਆਉਂਦੇ ਜੰਗ ਕਰਨ ਵਾਸਤੇ। ਹੁਣ ਐਸੀ ਖਾਲਸੇ ਨੇ ਮਾਰ ਮਚਾਈ ਸੀਗੀ। ਸੋ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜੋ, ਐ ਸਾਵਧਾਨ ਹੋਵੋ, ਪਿਆਰ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਅੱਜ ਜੇਠ ਦਾ ਮਹੀਨਾ ਖਾਲਸਾ ਜੀ ਆਰੰਭ ਹੋਇਆ। ਜੇਠ ਦਾ ਆਖਰੀ ਅਰਥ ਹੁੰਦਾ ਹੈ ਵੱਡਾ। ਜੇਠ ਦਾ ਨਾਮ ਜੇਠ ਕਿਉਂ ਰੱਖਿਆ, ਇਸ ਮਹੀਨੇ ਨੂੰ ਜੇਠ ਕਿਉਂ ਕਹਿੰਦੇ ਨੇ? ਕਿਉਂਕਿ ਪਹਿਲਾ ਜਿਹੜਾ ਮਹੀਨਾ ਹੈ ਨਾ ਉਹਨੂੰ ਚੇਤ ਕਿਹਾ ਜਾਂਦਾ ਹੈ, ਦੂਜਾ ਵੈਸਾਖ, ਅਤੇ ਵੈਸਾਖ ਕੀ ਹੈ, ਵੈਸਾਖ ਭਲਾ ਸਾਖਾ ਵੇਸ ਕਰੇ। ਵੈਸਾਖ ਦਾ ਅਰਥ ਹੈ ਜਦੋਂ ਸਾਖਾ ਵੇਸ ਕਰਦੀਆਂ ਨੇ, ਬਨਸਪਤੀ ਹੈ ਜੋਬਨ 'ਤੇ ਆਉਣ ਲੱਗਦੀ ਹੈ ਉਸ ਮਹੀਨੇ ਵਿੱਚ, ਉਹਨੂੰ ਕਹਿੰਦੇ ਆ ਵੈਸਾਖ ਖੇੜਾ। ਅਗਲਾ ਮਹੀਨਾ ਆਸਾੜ ਹਾੜ ਦਾ, ਦੂਰੋਂ ਹੀ ਪਤਾ ਲੱਗਦਾ ਵੀ ਗਰਮੀ ਦੀ ਗੱਲ ਹੋ ਰਹੀ ਹੈ, ਸਾੜੇ ਦੀ ਗੱਲ ਹੋ ਰਹੀ। ਆਸਾੜ ਪੋਖ ਦਾ ਅਰਥ ਕੀ ਹੈ, ਪੋਖ ਦਾ ਅਰਥ ਵੀ ਠੰਡ ਹੈ। ਫਲ ਗੁਣ ਦਾ ਅਰਥ ਗੁਣਾਂ ਨੂੰ ਫਲ ਲੱਗਣ ਵਾਲਾ। ਜੇਠ ਦੇ ਮਹੀਨੇ ਨੂੰ ਜੇਠ ਕਿਉਂ ਕਿਹਾ ਜਾਂਦਾ ਹੈ, ਇਹਦਾ ਨਾਮ ਜੇਠ ਕਿਉਂ ਹੈ, ਉਹਦਾ ਕਾਰਨ ਇਹ ਹੈ ਬਾਕੀ ਜਿਹੜੇ ਦੇਸੀ ਮਹੀਨੇ ਨੇ ਨਾ, ਕੋਈ 30 ਦਾ ਹੈ, ਕੋਈ 31 ਦਿਨਾਂ ਦਾ ਹੈ, ਜਿਹੜਾ ਜੇਠ ਦਾ ਮਹੀਨਾ ਹੈ ਇਹ 32 ਦਿਨਾਂ ਦਾ ਹੁੰਦਾ ਹੈ ਖਾਲਸਾ ਜੀ। ਦੇਸੀ ਮਹੀਨਾ 32 ਦਿਨਾਂ ਦਾ ਹੁੰਦਾ ਹੈ, ਇੱਕ ਦਿਨ ਇਹ ਮਹੀਨਾ ਵੱਡਾ ਹੋ ਗਿਆ, ਇਹਦਾ ਨਾਮ ਰੱਖ ਤਾ ਜੇਠ। ਅਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਦਿਨ ਵੱਡਾ ਹੋਇਆ ਮਹੀਨਾ ਤਾਂ ਉਹਦਾ ਨਾਂ ਰੱਖ ਤਾ ਜੇਠ, ਇਹ ਤਾਂ ਇੱਕ ਦਿਨ ਵੱਡਾ ਹੈ। ਪਰ ਮਹਾਰਾਜ ਕਹਿੰਦੇ ਇਹਦੀ ਵਡਿਆਈ ਇੱਕ ਦਿਨ ਦੀ ਹੈ, ਰੱਬ ਦੀ ਇੰਨੀ ਵੱਡੀ ਵਡਿਆਈ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ ਜੀ, ਪਰਮੇਸ਼ਰ ਜੀ ਇੰਨੇ ਵੱਡੇ ਹਨ। ਅਤੇ ਜੁੜਨ ਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ ਇਸ ਮਹੀਨੇ ਵਿੱਚ। ਸਾਧ ਸੰਗਤ, ਜਿਹੜਾ ਰੁੱਖ ਕੋਈ ਵੀ ਬੂਟਾ ਹੀ ਲੈ ਲਈਏ, ਜਿਹੜਾ ਜ਼ਮੀਨ ਨਾਲ ਜੁੜਿਆ ਰਹੇ ਨਾ, ਧਰਤੀ ਨਾਲ ਜੁੜਿਆ ਰਹੇ, ਪੂਰੀ ਤਰੱਕੀ ਹੁੰਦੀ ਰਹਿੰਦੀ ਹੈ। ਜਿਹੜਾ ਰੁੱਖ ਬੂਟਾ ਧਰਤੀ ਨਾਲੋਂ ਪੁੱਟਿਆ ਜਾਵੇ, ਸਾਧ ਸੰਗਤ ਉਹ ਸੋਕਾ ਪੈ ਜਾਂਦਾ, ਉਹ ਸੁੱਕ ਜਾਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਰੱਬ ਵਾਹਿਗੁਰੂ ਪਰਮੇ ਜੇਠ ਦਾ ਮਹੀਨਾ ਹੈ, ਅਤੇ ਰੱਬ ਵੀ ਜੇਠ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਕਿੰਨਾ ਵੱਡਾ ਹੈ? ਕਹਿਣ ਲੱਗੇ ਉਹਦੇ ਅੱਗੇ ਤਾਂ ਸਾਰੇ ਝੁੱਕ ਰਹੇ ਨੇ। ਹਰ ਰੋਜ਼ ਆਪਾਂ ਰਹਿਰਾਸ ਸਾਹਿਬ ਵਿੱਚ ਵੀ ਜਾਪ ਕਰਦੇ ਹਾਂ, ਸ੍ਰੀ ਜਪਜੀ ਸਾਹਿਬ ਜੀਆਂ ਦੇ ਪਾਠ ਅੰਦਰ ਵੀ ਜਾਪ ਕਰਦੇ ਹਾਂ,
ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਰਹਿਰਾਸੈ ਵਿੱਚ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ। ਇੱਥੋਂ ਤੱਕ ਮਹਾਰਾਜ ਕਹਿੰਦੇ ਖੰਡ ਮੰਡਲ ਬ੍ਰਹਿਮੰਡ ਹੇ ਵਾਹਿਗੁਰੂ ਸਾਰੇ ਤੈਨੂੰ ਹੀ ਗਾ ਰਹੇ ਨੇ, ਸਾਰੇ ਵਾਹਿਗੁਰੂ ਜੀ ਤੁਹਾਡਾ ਹੀ ਜਸ ਕਰ ਰਹੇ ਨੇ, ਤੁਹਾਡੇ ਗੁਣ ਉਚਾਰ ਰਹੇ ਨੇ। ਪਰਮੇਸ਼ਰ ਜੇਠ ਹੈ, ਵੱਡਾ ਹੈ, ਸਾਰੇ ਅੱਗੇ ਉਹਦੇ ਝੁੱਕ, ਉਹਦੇ ਅੱਗੇ ਹੀ ਸਾਰੇ ਝੁੱਕ ਰਹੇ ਨੇ। ਹਜ਼ੂਰ ਮਹਾਰਾਜ ਕਹਿੰਦੇ ਤੂੰ ਵੀ ਉਹਦੇ ਨਾਲ ਜੁੜ ਜਾ, ਕਹਿਣ ਲੱਗੇ ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵਨ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਵੱਡਾ ਹੈ, ਉਹਦੇ ਨਾਲ ਜੁੜ ਜਾਣਾ ਚਾਹੀਦਾ ਹੈ। ਜਿਹੜਾ ਪਰਮੇਸ਼ਰ ਨਾਲ ਜੁੜਿਆ ਰਹੇਗਾ ਉਹ ਹਰਿਆ ਭਰਿਆ ਰਹੇਗਾ, ਜਿਹੜਾ ਟੁੱਟ ਜਾਏਗਾ ਉਹਦੇ ਅੰਦਰ ਸੋਕਾ ਪੈ ਜਾਏਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ, ਸਤਿਗੁਰੂ ਮਿਹਰ ਕਰਨ ਸਾਨੂੰ ਜੁੜਨ ਦਾ ਬਲ ਮਿਲੇ। ਜੁੜਨ ਦਾ ਵੀ ਪ੍ਰੋਗਰਾਮ ਕਿਤੇ ਕਿਤੇ ਹੀ ਹੁੰਦਾ ਖਾਲਸਾ ਜੀ, ਜਿੱਥੇ ਸੰਗਤ ਇਕੱਠੀ ਹੁੰਦੀ ਹੋਵੇ ਵੀ ਗੁਰੂ ਸਾਹਿਬ ਨਾਲ ਜੁੜਨਾ ਹੈ, ਨਾਮ ਜਪਣਾ, ਇਹ ਵੀ ਕਿਤੇ ਕਿਤੇ ਹੀ ਪ੍ਰੋਗਰਾਮ ਹੈ, ਸਾਰੀਆਂ ਥਾਵਾਂ 'ਤੇ ਨਹੀਂ। ਮਹਾਰਾਜ ਸਾਨੂੰ ਜੁੜਨ ਦਾ ਬਲ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਸਤਿਕਾਰਯੋਗ ਮਾਤਾ ਗੁਰਬਖਸ਼ ਕੌਰ ਜੀ ਇੰਗਲੈਂਡ ਤੋਂ ਆਏ ਹਨ, ਉਹਨਾਂ ਨੂੰ ਵੀ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਨ। ਬੜੇ ਚਾਅ ਨਾਲ ਆਏ ਨੇ, ਇੱਥੋਂ ਫਗਵਾੜਿਓ ਆਏ ਨੇ ਉਚੇਚਾ ਕਥਾ ਸਰਵਣ ਕਰਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ਣ, ਹੋਰ ਪਿਆਰ ਬਖਸ਼ਿਸ਼ ਕਰਨ, ਜੁੜਨ ਵਾਲਾ ਸੁਭਾਅ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਉਹ 5 ਵਾਰ ਗੁਰਮੰਤਰ ਜਪ ਕੇ ਫਿਰ ਖਿਮਾ ਮੰਗੀਏ। ਐਂ ਸਾਵਧਾਨ ਹੋਵੋ, ਪ੍ਰੇਮ ਨਾਲ ਗੱਜ ਕੇ ਆਖੋ ਵਾਹਿਗੁਰੂ ਭੁੱਲਾਂ ਚੁੱਕਣ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।